में ते इसके वीर आज बारी तुसें क्या इस वेले बरतानिया ने टाइम ने मुताबक यानी 5 बजे इनी ते ना इस प्रोग्राम पहाड़ी जबान ना प्रोग्राम मां बोली पहाड़ी पुंछी जबान जड़ी दी उसी चे प्रोग्राम तुस देखने आ मां बोली इस वक्त जम्मू कश्मीर टीवी नी लाइव नशरियात विच आज असने जड़े मेहमान होले ओ मैं कहने दे इस प्रोग्राम में तुसें की पता के असें इस प्रोग्राम विच भी अजकल जड़ा दा ਐਵੇਂ ਤਾਂ ਇਹ ਲਾਈਟ ਜਿਹਾ ਪ੍ਰੋਗਰਾਮ ਹੋਣਾ ਲੇਕਿਨ ਅੱਜ ਕੱਲ੍ਹ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਜੰਮੂ ਕਸ਼ਮੀਰ ਟੀਵੀ ਉੱਪਰ ਜਿਹੜਾ ਵੀ ਪ੍ਰੋਗਰਾਮ ਹੈ ਉਸੀ ਤੁਸੀਂ ਤੱਕ ਤਾਜ਼ਾ ਤਰੀਨ ਜਿਹੜੀਆਂ ਇਤਲਾਤ ਦੀਆਂ ਤਾਜ਼ਾ ਖਬਰਾਂ ਜਿਹੜੀਆਂ ਹੋਣੀਆਂ ਜਿਹੜੀ ਹਾਲਤ ਦੀ ਸਾਡੇ ਵਤਨੇ ਨਹੀਂ ਉਹ ਤੁਸੀਂ ਤੱਕ ਪਹੁੰਚੀ ਸਕੇ ਕੋਈ ਲੋਕ ਜਿਹੜੇ ਉਤਨਾ ਆਸੇ ਕਿ ਇਤਲਾਤ ਦੇਣੇ ਉਹਨੇ ਲੋਕਾਂ ਕੋਲ ਪੁੱਛਿਆ ਜਾਏ ਉਤਨਾ ਨੇ ਹਾਲਾਤ ਕਹਿ ਦੇ ਔਰ ਕਿਸ ਤਰ੍ਹਾਂ ਲੋਕ ਇਸ ਵਕਤ ਉਹ ਉਹਨੇ ਮੁਸੀਬਤਾਂ ਨਾਲ ਸ਼ਿਕਾਰ ਦੇ ਜਿੱਥੇ ਜਿੱਥੇ ਵੀ ਥੇ ਇਸ ਸਿਲਸਿਲੇ ਵਿੱਚ ਅੱਜ ਨਾ ਪ੍ਰੋਗਰਾਮ ਜਿਹੜਾ ਦਾ ਤਾਂ ਉਹ ਯਕੀਨਨ ਹੈ ਬਹੁਤ ਆਮ ਇਸ ਗੱਲਾਂ ਦਾ ਕਿ ਕੱਲ ਅਸੀਂ ਨੇ ਰਾਵਲਾ ਕੋਟ ਤੋਂ ਕੁਛ ਸਾਫੀ ਹਜ਼ਰਾਤ ਔਰ ਉਹਨੇ ਕੰਨੇ ਉੱਥੋਂ ਨੇ ਹੋਰ ਮੈਂ ਇੱਕ ਪੂਰੇ ਗਰੁੱਪ ਯਾਨੀ ਜਿਹੜਾ ਸੀਜ਼ ਫਾਇਰ ਲਾਈਨ ਇਲਾਕਾ ਦਾ ਇਸ ਮਾਨੂਸ ਖੂਨੀ ਲਕੀਰ ਨਾਲ ਜਿਹੜਾ ਇਲਾਕਾ ਅਜੀਰਾ 33 ਨੋਟ ਸਾਈਡ ਉੱਪਰ ਦਾ ਉਧਰ ਉਹਨੇ ਦੌਰਾ ਕੀਤਾ ਔਰ ਉੱਥੋਂ ਨੇ ਲੋਕਾਂ ਨੇ ਉਹਨੇ ਹਾਲਾਤ ਦੇਖੇ ਕਿ ਉਹ ਲੋਕ ਕਿਸ ਪੋਜੀਸ਼ਨ ਵਿੱਚ ਦੇ ਇਸ ਵਕਤ ਕਿੰਨੇ ਤਕਲੀਫੇ ਵਿੱਚ ਦੇ ਔਰ ਉਹ ਕਹਿ ਆਖਨੇ ਉੱਥੋਂ ਦੇ ਲੋਕ ਇਹ ਸਾਰਾ ਜਾਣਿਆ ਅੱਜ ਉਸ ਪੂਰੇ ਗਰੁੱਪ ਵਿੱਚ ਅੱਜ ਸਾਰੇ ਗਏ ਸੀ ਕੱਲ ਸਭ ਤੋਂ ਪਹਿਲੇ ਤਾਂ ਮੈਂ ਜੰਮੂ ਕਸ਼ਮੀਰ ਟੀਵੀ ਉੱਪਰ ਬਾਸੀਅਤ ਇੱਕ ਜਰਨਲਿਸਟ ਨੇ ਉਹਨੇ ਤਮਾਮ ਜਰਨਲਿਸਟ ਹਜ਼ਰਾਤ ਨਾਲ ਸ਼ੁਕਰੀਆ ਵੀ ਅਦਾ ਕਰਨਾ ਕਿ ਉਹਨੇ ਲੋਕਾਂ ਕੋਲ ਗਏ ਆਪਣੇ ਲੋਕਾਂ ਕੋਲ ਗਏ ਆਪਣੇ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਦੇਣੀ ਔਰ ਉਹਨੇ ਕੋਲਾ ਉਹਨਾਂ ਨੇ ਹਾਲਾਤ ਵੀ ਬੁੱਝੇ ਨਹੀਂ ਉਹਨੇ ਕੋਸ਼ਿਸ਼ ਕੀਤੀ ਉਹਨੇ ਕਰਨੇ ਜਿਹੜੇ ਦੀਗਰ ਬਿਜ਼ਨਸਮੈਨ ਹਜ਼ਰਾਤ ਔਰ ਦੀਗਰ ਲੋਕ ਸੇ ਉਹਨੇ ਸਾਰੇ ਨਾਲ ਵੀ ਮੈਂ ਆਪਣੀਆਂ ਤਰਫਾ ਔਰ ਜੰਮੂ ਕਸ਼ਮੀਰ ਟੀਵੀ ਦੀਆਂ ਤਰਫਾ ਵੀ ਉਹਨੇ ਤਮਾਮ ਲੋਕਾਂ ਨੂੰ ਵੀ ਸ਼ੁਕਰੀਆ ਅਦਾ ਕਰਨਾ ਇਸ ਕਿ ਉਸ ਸੀਜ਼ ਫਾਇਰ ਲਾਈਨ ਦੇ ਇਲਾਕੇ ਗਏ ਔਰ ਉੱਥੇ ਉਹਨੇ ਲੋਕਾਂ ਕੋਲ ਗੱਛੀ ਦਾ ਗੱਲ ਕੀਤੀ ਦੇਣੀ ਔਰ ਬੁੱਝਿਆ ਦੇਣੀ ਕਿ ਪਤਾ ਲਾਇਆ ਦੇਣੀ ਕਿ ਉੱਥੇ ਕਹਿਦਾ ਉਸ ਪੂਰੇ ਗਰੁੱਪ ਵਿੱਚ ਅਸੀਂ ਅੱਜ ਦੋ ਮਹਿਮਾਨ ਹੈ ਕਿ ਮੈਂ ਅੱਜ ਇਹਨੇ ਪ੍ਰੋਗਰਾਮ ਵਿੱਚ ਬੁਲਾਇਆ ਜਿਹਨੇ ਚ ਕਿ ਇੱਕ ਰਾਵਲਾ ਕੋਟ ਤੋਂ ਇੱਕ ਬੜੇ ਮਸ਼ਹੂਰ ਬਿਜ਼ਨਸਮੈਨ ਦੇ ਕਾਰੋਬਾਰ ਕਰਨੇ ਸਿਰਦਾਰ ਇਜਾਜ਼ ਖਾਨ ਸਾਹਿਬ ਦੇ ਉਹ ਅੱਜ ਅਸੀਂ ਕਰਨੇ ਹੋਲੇ ਉਹ ਦੱਸ ਲਏ ਕਿਉਂਕਿ ਉਹ ਕੱਲ ਉਸ ਗਰੁੱਪ ਵਿੱਚ ਸ਼ਾਮਿਲ ਸੇ ਔਰ ਉਹ ਇੱਕ ਕਾਰੋਬਾਰੀ ਸ਼ਖਸੀਅਤ ਦੇ ਤਾਂ ਉਹਨੇ ਆਪਣੇ ਲੋਕਾਂ ਕਨੇ ਗੱਲ ਕਰੀ ਉੱਥੇ ਦੇਖੀ ਸੁਣੀ ਉਹਨੇ ਕੀ ਕਹਿ ਪਤਾ ਲਗਾ ਸੀ ਔਰ ਉਹ ਅਸੀਂ ਕੀ ਕਹਿ ਦੱਸਣੇ ਚਾਹੁੰਦੇ ਕਿ ਉੱਥੇ ਕਿਆ ਹਾਲਤ ਦੀ ਅੱਜ ਉਹ ਮਾੜੇ ਖਾਸ ਮਹਿਮਾਨ ਦੇ ਔਰ ਉਹਨੇ ਕਨੇ ਰਾਵਲਾ ਕੋਟ ਤੋਂ ਹੈ ਹੋਲੇ ਮੈਂ ਮਾੜੇ ਦੂਏ ਜਿਹੜੇ ਕਿ ਉਸ ਜਰਨਲਿਸਟ ਹਜ਼ਰਾਤ ਨੇ ਉਤਨਾ ਇਸ ਵਕਤ ਇਸ ਪ੍ਰੋਗਰਾਮ ਵਿੱਚ ਉਸ ਗਰੁੱਪ ਦੀਆਂ ਤਰਫਾਂ ਨੁਮਾਇੰਦਗੀ ਕਰੀ ਤਾਂ ਦੱਸ ਲਿਆ ਅਸੀਂ ਕੀ ਕਿ ਜਰਨਲਿਸਟ ਨੇ ਵੀ ਉੱਥੇ ਦੌਰਾ ਕੀਤਾ ਔਰ ਉਹਨੇ ਕਹਿ ਦੇਖਿਆ ਉੱਥੇ ਔਰ ਸਾਰੇ ਲੋਕ ਇਕੱਠੇ ਸੇ ਜਿਹੜੇ ਮੈਂ ਕਹਿੰਦੇ ਅੱਜ ਨੇ ਜਰਨਲਿਸਟ ਦੇ ਰਾਵਲਾ ਕੋਟ ਤੋਂ ਉਹ ਸਿਰਦਾਰ ਮਹਿਸੂਦ ਹਨੀਫ ਸਾਹਿਬ ਦੇ ਔਰ ਉਹ ਅਸੀਂ ਕੀ ਅੱਜ ਜੁਆਇਨ ਕਰਨਾ ਇਸ ਪ੍ਰੋਗਰਾਮ ਵਿੱਚ ਮੈਂ ਅੱਜ ਨੇ ਇਹਨੇ ਦੋ ਪ੍ਰੋਗਰਾਮ ਇੱਦਾਂ ਮਹਿਮਾਨ ਹੈ ਕਿ ਅੱਜ ਨੇ ਪ੍ਰੋਗਰਾਮ ਵੀ ਖੁਸ਼ ਆਮਦੀਦ ਵੀ ਆਖਸਾਂ ਔਰ ਮੈਂ ਯਕੀਨ ਦਾ ਕਿ ਤੁਸੀਂ ਲੋਕਾਂ ਤੱਕ ਉਹ ਗੱਲਾਂ ਪਹੁੰਚ ਲਈਆਂ ਜਿਹੜੀਆਂ ਇਹਨੇ ਆਪਣੀਆਂ ਅੱਖੀ ਕਨੇ ਦੇਖੀਆਂ ਜਿਹਨੇ ਜਿਹੜੀਆਂ ਇਹਨੇ ਆਪਣੇ ਮੂੰਹ ਕਨੇ ਉਹਨੇ ਲੋਕਾਂ ਕਨੇ ਕੀਤੀਆਂ ਔਰ ਜਿਹੜੀਆਂ ਇਹਨੇ ਆਪਣੇ ਕੰਨੇ ਕੰਨੇ ਉਹਨੇ ਲੋਕਾਂ ਕੋਲਾ ਸੁਣੀਆਂ ਜਿਹੜੇ ਕਿ ਇਸ ਵਕਤ ਉਸ ਮਨੂਸ ਖੂਨੀ ਲਕੀਰ ਨੇ ਇਸ ਪਾਰ ਯਾਨੀ ਪਾਕਿਸਤਾਨ ਨੇ ਜ਼ੇਰੇ ਕੰਟਰੋਲ ਜਿਹੜਾ ਇਲਾਕਾ ਦਾ ਇਸੀ ਜਿਹੜੇ ਦੇ ਜ਼ਾਹਰ ਹੈ ਉੱਥੇ ਤੱਕ ਕਿਆ ਗੱਛੀ ਸਕਨੇ ਔਰ ਉੱਥੇ ਤੱਕ ਉੱਥੇ ਜਿਹੜੀ ਕਿਆ ਹਾਲਤ ਦੀ ਇਸ ਸਾਰੇ ਉੱਪਰ ਅੱਜ ਅਸੀਂ ਇਹਨੇ ਕੋਲਾ ਬੁਝਦੀਆਂ ਕਿ ਇਹ ਕਿਆ ਆਖ ਲਏ ਅਸੀਂ ਨੇ ਮਹਿਮਾਨ ਅੱਜ ਨੇ ਜਿਹੜੇ ਦੇ ਜਨਾਬ ਸਿਰਦਾਰ ਇਜਾਜ਼ ਖਾਨ ਸਾਹਿਬ ਔਰ ਜਨਾਬ ਸਿਰਦਾਰ ਮਹਿਸੂਦ ਹਨੀਫ ਸਾਹਿਬ ਤਾਂ ਮੈਂ ਅੱਜ ਸਭ ਤੋਂ ਪਹਿਲੇ ਮੈਂ ਖੁਸ਼ ਆਮਦੀਦ ਆਖਣਾ ਇਸ ਜਨਾਬ ਸਿਰਦਾਰ ਇਜਾਜ਼ ਖਾਨ ਸਾਹਿਬ ਕੀ ਜਿਹੜੇ ਕਿ ਕਾਰੋਬਾਰੀ ਸ਼ਖਸੀਅਤ ਦੇ ਔਰ ਉਹਨੇ ਕੋਲ ਬੁਝਨੇ ਆ ਕਿ ਉਹ ਉਹਨੇ ਕਹਿ ਪਹਿਲੇ ਤਾਂ ਮੈਂ ਉਹਨੇ ਕੀ ਅੱਜ ਨੇ ਇਸ ਪ੍ਰੋਗਰਾਮ ਵਿੱਚ ਔਰ ਬਲਕਿ ਜੰਮੂ ਕਸ਼ਮੀਰ ਟੀਵੀ ਉੱਪਰ ਅੱਜ ਪਹਿਲੀ ਦਫ਼ਾ ਮੈਂ ਉਹਨੇ ਕੀ ਖੁਸ਼ ਆਮਦੀਦ ਵੀ ਆਖਣਾ ਇਸ ਇਹ ਉਹਨਾਂ ਨੇ ਆਪਣਾ ਚੈਨਲ ਦਾ ਯਕੀਨਨ ਰਿਆਸਤ ਦੀ ਆਵਾਜ਼ ਦੀ ਔਰ ਇਸ ਆਵਾਜ਼ ਵਿੱਚ ਉਹਨਾਂ ਨੇ ਆਵਾਜ਼ ਜਦੋਂ ਮਿਲ ਸੀ ਤਾਂ ਯਕੀਨਨ ਮਜ਼ੀਦ ਇੱਕ ਬੜੇ ਤਬਕੇ ਦੀ ਨੁਮਾਇੰਦਗੀ ਹੋ ਸੀ ਕਾਰੋਬਾਰੀ ਤਾਜਰ ਬਰਾਦਰੀ ਖਾਸ ਕਰ ਮੈਂ ਇੱਥੇ ਇਸ ਵਕਤ ਇਸ ਵਾਸਤੇ ਜ਼ਰੂਰ ਇਹ ਕੋਟ ਕਰਸਾਂ ਕਿ ਰਾਵਲਾ ਕੋਟ ਨੀ ਤਾਜਰ ਬਰਾਦਰੀ ਜਿਹੜੀ ਦੀ ਉਹਨੇ ਹਰ ਦੌਰ ਵਿੱਚ ਜਿਸ ਵਕਤ ਵੀ ਰਿਆਸਤ ਜੰਮੂ ਕਸ਼ਮੀਰ ਨੇ ਹਵਾਲੇ ਕਰਨੇ ਉੱਥੇ ਕੋਈ ਵੀ ਚੀਜ਼ ਹੋਈ ਕੋਈ ਵੀ ਉਹਨੇ ਕੀ ਕਾਲ ਦਿੱਤੀ ਗਈ ਤਾਂ ਉਹਨੇ ਫੌਰੀ ਤੌਰ ਉੱਪਰ ਸ਼ਟਰ ਡਾਊਨ ਕੀਤਾ ਔਰ ਆਪਣੇ ਉਹਨੇ ਜਿਹੜੇ ਅੱਜ ਜ਼ੁਲਮ ਵਿੱਚ ਉੱਥੇ ਪਾਰ ਪੀਸ ਰਹੇ ਉਹਨੇ ਵਾਸਤੇ ਇਜ਼ਾਰੇ ਯਕਜਹਤੀ ਵਾਸਤੇ ਆਵਾਜ਼ ਬੁਲੰਦ ਕੀਤੀ ਦੇਣੀ ਯਕੀਨਨ ਅੱਜ ਸਿਰਦਾਰ ਇਜਾਜ਼ ਸਾਹਿਬ ਉਹਨੇ ਤਮਾਮ ਲੋਕਾਂ ਦੀ ਨੁਮਾਇੰਦਗੀ ਕਰਨੇ ਇਸ ਵਕਤ ਰਾਵਲਾ ਕੋਟ ਤੋਂ ਕਾਰੋਬਾਰੀ ਹਜ਼ਰਾਤ ਨੀ ਤਾਜਰ ਬਰਾਦਰੀ ਨੀ ਔਰ ਮੈਂ ਉਹਨੇ ਤਮਾਮ ਲੋਕਾਂ ਨਾਲ ਵੀ ਇਹਨਾਂ ਨਜ਼ਰੀਏ ਸ਼ੁਕਰੀਆ ਵੀ ਅਦਾ ਕਰਨਾ ਇਸ ਔਰ ਅੱਜ ਨੇ ਪ੍ਰੋਗਰਾਮ ਵਿੱਚ ਇਹਨੇ ਕੀ ਖੁਸ਼ ਆਮਦੀਦ ਆਖਣਾ ਇਸ ਜੀ ਇਜਾਜ਼ ਸਾਹਿਬ ਅਸਲਾਮ ਅਲੈਕਮ ਵਾਲੇਕਮ ਅਸਲਾਮ ਜੀ
एजाज साहब असें गी इतला मिली सी के तुसें कल कुछ साफी हजरात कने मिली ते तुस गया उधर सीजफायर लाइन ने पासे तुसें उत्थे कल क्या देखा क्या पोजीशन दी उतना नहीं लोकें नहीं क्या हालत दी कबीर साहब सबसे पहले तो तुसें ना बहुत शुक्रिया और जेके टीवी ना बहुत शुक्रिया के उन्ने सड़क ने रब्ता कीता तुसें और एलओसी ने हवाले करने खास तौर पर मालूमात इन सड़क ला इन्ने ने कोशिश की थी सीज फायर लाइन ना जोड़ा एरिया है वो उसी च असें जोड़ी चीजा ऑब्जर्व की थी उसी च मायूसी और परेशानी तो बहुत ज्यादा है लेकिन उत्थे सहूलियात जी बुनियादी सहूलियात है उन्होंने फुकदान सबसे ज्यादा दिखा उत्थे कम्युनिकेशन में बहुत ज्यादा प्रॉब्लम है नेट सर्विस है बिल्कुल है नहीं और टेलीफोन सर्विस भी नहीं है और एम्बुलेंस खास तौर पर अगर कोई फायर होना चाहिए फायर जोन है वो तो एम्बुलेंस सर्विस उत्थे नहीं है बाकी भी उत्थे बहुत सारे मसाइल हैं वो डिटेल डिस्कस कर छोड़ने अगे लेकिन ये बुनियादी चीजा जिन्होंने ज्यादा उफुकदान देखा जिसने वजह तो असि काफी तशवीश हुई। अच्छा तुसे उत्थे लोकें कने कोई गल बात भी की? जी बिल्कुल उत्थे बहुत सारे लोगों कने गल हुई बल्कि मुतासरीन जेडे कुछ से उन्होंने कने भी गल हुई जिन्होंने घरे च गोले लगे उन्होंने कने गल हुई काफी लोगों कने मुलाकात हुई और इस हवाले कने गलबात हुई। अच्छा मैं इससे पर तुसे कन्या इन्ना से रावला कोट तू है गो के इस वक्त तो अपने ग्राम विच दे जनाब सितार मसूद अनीफ साहब मैं उन्हें को लाए पूछने चाहना है इसके आजकल पहली गल तो ये थी कि उन्होंने एक टीम उसे सर्वे भी करनी जुलनी बार एसोसिएशन बार काउंसिल विच गए ने वो लोग उस हवाले करने भी उन्हें उसे मुलाकात की थी जड़ी की रिपोर्ट जम्मू कश्मीर टीवी भी पहले दे चुका ना तलाफी न्यूज भी दे चुका ना मैं उन्हें को लाए पूछने तो ना इसके ए सीज फायर लाइन पर गेने ना तुसें की ख्याल कोई जा आया उठी जनाब महसूद अनीफ साहब सब दी पहले आज ने प्रोग्राम ही खुश आमदीद तो ए तुसें किस तरह जा ख्याल आया वो क्या चीजें सी के जड़ी तुसें की छिकी ते उठे तक ही नहीं गई जी महसूद साहब अस्सलाम वालेकुम। वालेकुम अस्सलाम साहब कबीर साहब खैर दी ठीक दा बिल्कुल ठीक ठाक सुनने वाले की जीके टीवी ने जरे सुनने वाले दे उन्हें सारे की मरिय तरफा बहुत बहुत सलाम काफी दिन थू जरा जी इंडिया अंदर एक प्रॉब्लम वा उसने नतीजे जी थे कैफियत थी आजाद कश्मीर अंदर इस वजह करने हर आदमी बहुत ज्यादा सेंसिटिव था इस कश्मीर ने हवाले करने और बहुत ज्यादा हाइप क्रिएट हुई मीडिया ऊपर सोशल मीडिया ऊपर हर जगह मुजाहरे एहतजाज जलसे जुलूस मैसेजिंग जो सारिया चीजा थी उसने नतीजे जरा अस भी जरा उस मसल उस अमल में हिस्सा दिया और फिर इस पोलिटिकल एक्टिविस्ट भी दिया मतलब साफी जड़िया सड़िया खिदमात थी वो भी सारा सर अंजाम देने और बिजनेस कम्युनिटी जितनी भी थी सारे सारे लोग इस कम में मतलब इन्वॉल्व थे 24 घंटे इन्वॉल्व थे इस गला असे भी कुछ दोस्त हैं पर मुश्तमिल केम बराज जिसे रियाज शाह साहब से नायब सदर प्रेस क्लब खुर्शीद बेग साहब से सदर एजाज साहब से मोहतरम सारे दोस्त और सारे इंतई सीनियर तो अस आप डिस्कस किया कि चलो अगले दो चार दिन पहले अमन मीर साहब गए से तो उन्हें भी कुछ इस तरह जो फैमिली या उन्हें कि मिले उन्होंने घर दस नहीं उन्होंने जड़िया कोई शबो रोज मुश्किल थी वो डिस्कस कितनी तो अस भी इस तसलसल च असें भी अपने लोगों को पहुंचना चाहिए और उन्होंने जी इस वक्त मुश्किल तरीन जिंदगी दी आर पार ने फायरिंग ने नतीजे च उसकी देखना चाहिए कि आया उसे किस किस्म पुरसी ने जिंदगी गुजार रहे हैं एक तो स्कूल बिल्कुल बंद थे फिर जो फायरिंग होनी और लेट नाइट शामी होनी और उसे एक तो बिजली ने बड़ा इशू था बिजली बंद रहनी फिर जी मौजूदा सारी रियासत थी कश्मीर ये इन हुक्मरान ने मसलन इस सारे सेंसिटिव इलाके कोई जिस तरह एजाज साहब जिक्र भी किया कि कोई फर्स्ट एड नहीं सहूलत भी मौजूद नहीं है जिला अस्पताल अंदर भी उस तरह को प्रॉपर डॉक्टर्स मौजूद नहीं या इन्हें कोई जो मूवमेंट किया कोई एम्बुलेंसेज होनी चाहिए एमरजेंसी या कोई फर्स्ट एड दिता कोई इस तरह ने कैंप्स वगैरह ऐसी भी कोई सिचुएशन मौजूद नहीं। दूसरा ये होता कि अब जरा जो पारा फायरिंग होनी क्रॉस फायरिंग होनी उस नतीजे जो बिजली भी बंद हुई नहीं नैट भी नहीं होना फोन भी नहीं होना तब कन्ने घर अगर गोला लगा ना कन्ने अगर घर सारी फैमिली मरी नहीं
ਜਾਤਵਾਦ ਨਹੀਂ ਤਾਂ ਲੋਕ ਕੇ ਮਸਲਾ ਇੱਕ ਦੂਜੇ ਕਨੇ ਪਤਾ ਹੈ ਨਹੀਂ ਹੋਣਾ ਕਿ ਇਹਨਾਂ ਕੰਨੇ ਘਰਾਂ ਚ ਕਿਆ ਆਵਾਜ਼ ਆਉਂਦਾ, ਮਸਲਾ ਇਸ ਤਰ੍ਹਾਂ ਦੀ ਕੈਫੀਅਤ ਔਰ ਉਸ ਕੈਫੀਅਤ ਦੀ ਚਿੰਤਾ ਹੀ ਮਤਲਬ ਸ਼ਰੀਰ ਖੌਫ ਖੌਫ ਜ਼ਿਆਦਾ ਦੇ, ਬਹੁਤ ਜ਼ਿਆਦਾ ਲੋਕ ਖੌਫ ਜ਼ਿਆਦਾ ਦੇ। ਅਸੀਂ ਕੁਛ ਵੀਡੀਓ ਵੀ ਵੀਡੀਓ ਜਿਹੜੀਆਂ ਬਣਾਈਆਂ, ਕੁਛ ਲੋਕਾਂ ਕਨੇ ਮਿਲੇ, ਉਹ ਵੀਡੀਓ ਅਸੀਂ ਤਲਾਫੀ ਉੱਪਰ ਵੀ ਅਪਲੋਡ ਕੀਤੀਆਂ, ਕੁਛ ਤੁਸੀਂ ਕੀ ਵੀ ਇਨਫੋਰਮੇਸ਼ਨ ਵਾਸਤੇ ਅਸੀਂ ਭੇਜੀਆਂ, ਮਜ਼ੀਦ ਵੀ ਭੇਜ ਲਿਆ ਉਹ ਵੀਡੀਓ। ਉਸੇ ਤੋਂ ਸਾਰੀ ਸਿਚੁਏਸ਼ਨ ਆਪ ਹੀ ਦੇਖੀ ਸਕਦੇ ਆ ਕਿ ਕਿਆ ਕੈਫੀਅਤ ਦੀ ਐਲ ਓ ਸੀ ਉੱਪਰ, ਕਿਆ ਕੈਫੀਅਤ ਦੀ ਇਹ ਜਿਹੜਾ ਮਦਾਰਪੁਰ ਦਾ, ਤੱਤਾ ਪਾਣੀ ਦਾ, ਸੇੜ ਦਾ, ਮਡੋਲ ਦਾ, ਬਟਲ ਦਾ ਜਾਂ ਤੇਤਰੀ ਨੋਟ ਦਾ, ਇਸ ਪੂਰੀ ਪੱਟੀ ਉੱਪਰ ਕਿਆ ਸਿਚੁਏਸ਼ਨ ਦੀ, ਕਿਸ ਕੈਫੀਅਤ ਤੇ ਚੱਲੋ ਗੁਜ਼ਰ ਰਹੇ, ਕਿਸ ਖੌਫ ਔਰ ਮਾਯੂਸੀ ਨੀ ਕੈਫੀਅਤ ਤੇ ਚੱਲੋ ਗੁਜ਼ਰ। ਅੱਛਾ, ਮੈਂ ਇਜਾਜ਼ ਸਾਹਿਬ ਕੋਲ ਇਹ ਪੁੱਛਣਾ ਚਾਹਾਂ ਕਿ ਤੁਸੀਂ ਕੀ ਜਿਹੜੇ ਉੱਥੇ ਲੋਕ ਜਿਹੜੇ ਜਿਹਨੇ ਕਹਿੰਦੇ ਤੁਸੀਂ ਨਾ ਇਜਾਜ਼ ਸਾਹਿਬ ਹੈ, ਬਰਾਹ ਰਾਸਤ ਹੈ, ਗੱਲਬਾਤ ਹੋਈ, ਕਿਉਂਕਿ ਇੱਕ ਤਰਫ ਹੈ ਉੱਥੇ ਸਾਫੀਆਂ ਨਾਲ ਗਰੁੱਪ ਸਾਹਿਬ, ਉਸੀ ਤੁਸੀਂ ਕਾਰੋਬਾਰੀ ਸ਼ਖਸੀਅਤ ਦਿਆ, ਤੁਸੀਂ ਇੱਕ ਦਰਦ ਦਿਲ ਹੀ ਨੀ ਤੇ ਰਾਵਲਾ ਕੋਟ ਤੁਸੀਂ ਯਕੀਨਨ ਉੱਥੇ ਗਿਆ ਆਪਣੇ ਲੋਕਾਂ ਨੇ ਹਾਲਾਤ ਦੇਖਣੇ ਵਾਸਤੇ, ਜਦੋਂ ਉਹਨੇ ਲੋਕਾਂ ਕਹਿੰਦੇ ਤੁਸੀਂ ਗੱਲ ਕੀਤੀ ਤਾਂ ਤੁਸੀਂ ਕੀ ਕਹਿ, ਉਹ ਲੋਕ ਕਹਿ ਆਖਨੇ ਉੱਥੋਂ ਨੇ ਜਿਹੜੇ ਦੇ ਕਿ ਉਹ ਕਹਿ ਮਸਲਨ ਉਹ ਇਸ ਵਕਤ ਕਹਿ ਚਾਹਨੇ ਹੁਕਮਤ ਕਹਿ ਕਰੀ ਸਕਨੀ ਰਾਏ ਰੇ ਵਾਲੇ ਲੋਕ ਉਹਨੇ ਕਿਆ ਕਹਿ ਕਰੀ ਸਕਨੇ। ਕਬੀਰ ਸਾਹਿਬ, ਹੁਕੂਮਤ ਦੇ ਹਵਾਲੇ ਕਰਨਾ ਤਾਂ ਹਰ ਲੋਕਾਂ ਬਹੁਤ ਹੀ ਜ਼ਿਆਦਾ ਮਾਯੂਸੀ ਹੈ, ਕਿਉਂਕਿ ਅਸੀਂ ਉਹਨਾਂ ਕੋਲ ਇਹ ਵੀ ਪੁੱਛਿਆ ਕਿ ਕਿਆ ਹਕੂਮਤ ਨੇ ਕੋਈ ਲੋਕ ਇੱਥੇ ਤੁਸੀਂ ਕੋਲ ਅੰਨੇ ਵੀ ਜੋ ਤੁਸੀਂ ਨੇ ਜਿਹੜੀ ਪਰੇਸ਼ਾਨੀਆਂ ਹਨ, ਮਸਾਇਲ ਹਨ, ਇਸ ਨੂੰ ਕੋਈ ਮਦਾਵਾ, ਤੇ ਇਸ ਉੱਪਰ ਤਾਂ ਬਿਲਕੁਲ ਹੈ ਲੋਕਾਂ ਇਹੋ ਜਿਹੀ ਇਸ ਤਰਫ ਕੋਈ ਨੀ ਆਇਆ ਅੰਨਾ, ਹਕੂਮਤ ਹੀ ਕੋਈ ਬੰਦਾ ਇਧਰ ਨੀ ਆਇਆ, ਔਰ ਨਾ ਸਾਡਾ ਕੋਲ ਕੋਈ ਨੀ ਪੁੱਛਣਾ ਕਿ ਤੁਸੀਂ ਨੇ ਕਿਹਾ ਸਾਇਲ ਦੇ। ਮੈਂ ਤਾਂ ਇੱਕ ਔਰਤ ਰੋਣਿਆ ਬਾਰ ਬਾਰ ਯਾਦਾਸ਼ਨੀ ਜਿਹੜੀ ਰੋਣੀ ਰੋਣੀ ਸਾਡਾ ਕੋਲ ਆਈ, ਤੇ ਉਹਨੀ ਉਸ ਵਿਚਾਰੀ ਸਾਦੀ ਔਰਤ ਸੀ ਜੋ ਸਾਹਿਬ ਉਸ ਪਤਾ ਨਾ ਸਕੂਨ ਦੇ, ਤੇ ਚੁਕਿ ਸਾਫੀ ਹਜ਼ਰਾਤ ਵੀ ਸੀ ਲੋਕਾਂ ਕੋਲ ਇੰਟਰਵਿਊ ਕਰ ਰਹੇ ਸੀ, ਜੋ ਆਖਣੀ ਸੀ ਕਿ ਤੁਸੀਂ ਵੀਡੀਓ ਵਾਲੇ ਜਾ, ਮੈਂ ਜੀ ਬਿਲਕੁਲ ਵੀਡੀਓ ਵਾਲੇ ਵੀ ਦੇ ਨਾਲ, ਤੇ ਉਹ ਰੋਣਿਆ ਰੋਣਿਆ ਉਹਨੇ ਆਪਣਾ ਮੁੱਦਾ ਬਿਆਨ ਕੀਤਾ, ਬਹੁਤ ਉਸਕੀ ਪਰੇਸ਼ਾਨੀ ਸੀ, ਉਹਨੇ ਜੀ ਮਾੜਾ ਹਾਮਦ ਵੀ ਨਹੀਂ ਹੈ ਔਰ ਕਿਸੇ ਕਿਸਮ ਦਾ ਕੋਈ ਵਸਾਇਲ ਵੀ ਨਹੀਂ ਇੱਥੇ, ਇਸ ਤਰ੍ਹਾਂ ਦੇ ਮਿਸਾਇਲ ਦੇ ਕੇ ਫਾਇਰਿੰਗ ਵੀ ਉਹਨੀ, ਤੋ ਉੱਥੇ ਓਵਰਆਲ ਬਾਕੀ ਲੋਕਾਂ ਕਨੇ ਜਿਹੜੀ ਸਾਡੀ ਮੁਲਾਕਾਤਾਂ ਹੋਈਆਂ ਉਹਨੇ ਵੀ ਇਹ ਗੱਲ ਆਹੀ ਕਿ ਹਕੂਮਤ ਦੀ ਤਰਫਾ ਕਿਸੇ ਕਿਸਮ ਦੀ ਕੋਈ ਅਸਗੀ ਮਦਦ ਨਹੀਂ ਹੋਣੀ। ਖਾਸ ਤੌਰ ਉੱਪਰ ਲੋਕਾਂ ਜਿਹੜਾ ਐਂਬੂਲੈਂਸ ਦਾ ਜ਼ਿਕਰ ਕੀਤਾ ਬਹੁਤ ਜ਼ਿਆਦਾ ਕਿ ਐਂਬੂਲੈਂਸ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੈ, ਅਗਰ ਇੱਥੇ ਕੋਈ ਵਾਕਿਆ ਹੋ ਜਾਂਦਾ ਤੇ ਅਸੇ ਕੋਲ ਕੋਈ ਸਹੂਲਤ ਨਹੀਂ, ਹਸਪਿਟਲ ਉੱਥੇ ਥਿਆ ਕੋਈ ਨਹੀਂ, ਡਿਸਪੈਂਸਰੀ ਤੱਕ ਵੀ ਕੋਈ ਨਹੀਂ ਹੈ, ਅਜਿਹਾ ਵੀ ਜਿਸ ਤਰ੍ਹਾਂ ਮਹਿਸੂਸ ਸਾਹਿਬ ਦੱਸਿਆ ਕਿ ਅਜਿਹਾ ਵੀ ਕੋਈ ਉਤਨੀ ਸਹੂਲਤ ਨਹੀਂ ਹੈ, ਅਗਰ ਕੋਈ ਜ਼ਿਆਦਾ ਇੰਜਰੀ ਹੋ ਜਾਣੀ ਤੇ ਲੋਕਾਂ ਕੀ ਰਾਵਲਾ ਕੋਟ ਤੱਕ, ਤਾਂ ਉੱਥਾਂ ਰਾਵਲਾ ਕੋਟ ਹੈ ਤਕਰੀਬਨ 2 ਘੰਟੇ ਤੋਂ ਜ਼ਿਆਦਾ ਲੱਗਣੇ ਅਚਨੇ ਚ, ਤਾਂ ਉਸ ਦੌਰਾਨ ਹੀ ਜੇ ਤੁਸੀਂ ਸਮਝਿਆ ਕਿ ਕਾਫੀ ਸਾਰੇ ਮਿਸਾਇਲ 2 ਘੰਟੇ ਨੇ ਮਿਸਾਬ ਹੋਤਾ, ਅਗਰ ਕੋਈ ਜ਼ਖਮੀ ਹੋ ਜਾਣਾ, ਬਲੀਡਿੰਗ ਜ਼ਿਆਦਾ ਹੋ ਜਾਣੀ, ਉਸ ਨਾਲ ਜ਼ਾਹਿਰ ਡੈਥ ਦੇ ਚਾਂਸਿਸ ਜ਼ਿਆਦਾ ਹੋ ਜਾਣੇ, ਤੇ ਇਸ ਤਰ੍ਹਾਂ ਨੇ ਸੁਰਤਾਲ ਹੈ, ਮਾਯੂਸੀ ਉੱਥੇ ਦਰਅਸਲ ਬਹੁਤ ਜ਼ਿਆਦਾ ਜੀ, ਕਿਉਂਕਿ ਸੀਜ਼ਫਾਇਰ ਲਾਈਨ ਦੇ ਏਰੀਏ ਚ ਜਿਹੜੀ ਫਾਇਰਿੰਗ ਹੋਣੀ ਉਸ ਨਹੀਂ ਮੈਂ, ਤਾਂ ਉੱਥੇ ਇੱਕ ਕਾਰੋਬਾਰੀ ਐਕਟੀਵਿਟੀਜ਼ ਵੀ ਉਸ ਤਰ੍ਹਾਂ ਨਹੀਂ ਹੈ, ਤੇ ਕੁਛ ਲੋਕ ਜ਼ਾਹਿਰ ਹੈ ਮੈਂ ਉੱਥਾਂ ਬਾਹਰ ਵੀ ਨਿਕਲੀ ਜਾਂਦੇ ਬੇਚਾਰੇ ਜਿੰਨੇ ਕਿ ਜ਼ਿਆਦਾ ਮਸਲੇ ਹੋਣੇ, ਤਾਂ ਉਹ ਵੀ ਇੱਕ ਪ੍ਰੋਬਲਮ ਦਾ ਕਿ ਕਾਰੋਬਾਰੀ ਅਗਰ ਐਕਟੀਵਿਟੀ ਨਹੀਂ ਹੈ, ਲੋਕ ਕਿਸ ਤਰ੍ਹਾਂ ਆਪਣਾ ਕਰਨ ਦਾ ਨਿਜ਼ਾਮ ਚਲਾ ਲਏ, ਚੁੱਲ੍ਹਾ ਕਿਸ ਤਰ੍ਹਾਂ ਚਲਾ ਲਏ, ਇਹ ਬੜੇ ਮਸਾਇਲ ਹਨ ਉੱਥੇ ਜੀ। ਜੀ ਮਸੂਦ ਹਨੀਫ ਸਾਹਿਬ ਹੈ, ਜਦੋਂ ਤੁਸੀਂ ਉਤਨਾ ਦੇਖੀ ਤਾਂ ਆਇਆ ਇਹ ਸਭ ਕੁਛ ਸਾਫੀ ਬਰਾਦਰਾਨ ਦੁਆ ਪਸਾਦ ਆਸਕ ਨਜ਼ਾਰਾ, ਇਜਾਜ਼ ਸਾਹਿਬ ਕਾਰੋਬਾਰੀ ਸ਼ਖਸੀਅਤ ਦੇ, ਉਹ ਤਾਂ ਉਹਨੇ ਲੋਕਾਂ ਨਾਲ ਕੰਮ ਦਾ ਕਿ ਉਹ ਆਪਣੀ ਕਾਰੋਬਾਰੀ ਬਰਾਦਰੀ ਕੀ ਕਿਸ ਤਰ੍ਹਾਂ ਕਹਿ ਮਸ਼ੁਰਾ ਦੇ ਲਈ ਔਰ ਕਹਿ ਕਰ ਲਏ, ਲੇਕਿਨ ਹੁਕਮਤੀ ਸਤਹ ਉੱਪਰ ਤੁਸੀਂ ਲੋਕਾਂ ਨਾਲ ਜਿਹੜਾ ਕੰਮ ਬਣਨਾ, ਜਰਨਲਿਸਟ ਹਜ਼ਰਾਤ ਨਾਲ ਜਿਹੜਾ ਕੰਮ ਬਣਨਾ, ਕਿਉਂਕਿ ਜਰਨਲਿਸਟ ਕਿਸੇ ਮਾਸ਼ਰੇ ਨੀ ਅੱਖ ਹੋਣੀ, ਤੁਸੀਂ ਆਪਣੀਆਂ ਅੱਖੀ ਕਨੇ ਦੇਖੀ ਤਾਂ ਆਇਆ, ਆਪਣੇ ਕੰਨੇ ਕਨੇ ਸੁਣੀ ਤਾਂ ਆਇਆ ਉਤਰਾਂ, ਤੁਸੀਂ ਇਸ ਆਵਾਜ਼ ਕੀ ਹੁਕਮਤ ਤੱਕ ਕਿਸ ਤਰੀਕੇ ਕਨੇ ਪਹੁੰਚਾਉਣਾ ਚਾਹੁੰਦੇ ਆ ਔਰ ਕਹਿ ਹੁਕਮਤ ਕੀ ਆਖਣਾ ਚਾਹੁੰਦੇ ਆ ਤੁਸੀਂ? ਸਰ ਕਬੀਰ ਸਾਹਿਬ, ਪਹਿਲੀ ਤਾਂ ਗੱਲ ਇਹ ਹੋਦੀ ਕਿ ਪਿਛਲੇ ਜਿਹੜੇ 15 ਤੋਂ 20 ਦਿਨ ਦੇ ਇਸੀ ਤੁਸੀਂ ਹਰ ਪਲ ਇਨਫਾਰਮ ਆ ਰਹੇ ਨੇ, ਹਰ ਪਲ ਅਟੈਚ ਦੇ ਇਸ ਗੱਲਾਂ ਇਨਫਾਰਮ ਰਹੇ ਨੇ, ਪਿਛਲੇ 20 ਤੋਂ 25 ਦਿਨ ਮਜਮੂਈ ਤੌਰ ਉੱਪਰ ਜਿਤਨੀਆਂ ਵੀ ਹਕੂਮਤ ਦੀਆਂ ਪਾਰਟੀਆਂ ਦੀਆਂ ਉਹਨਾਂ ਨੇ ਸਾਰੀ ਕਿਆਦਤ ਲਾਪਤਾ ਦੀ
ठीक है ना, कुत्ता बदल रहे हम पर नहीं है नहीं। और हुकूमती पार्टियां ना काम ये होना थे वो पब्लिक की लाइन देन, क्योंकि हुकूमती पार्टियां पब्लिक के मजमू नुकता नजर हुई तर्जमान हुई और कुछ भी मुश्किल वक्त स्टेट की जी सिटिंग पार्टियां वो जरा पब्लिक ने पब्लिक की एक लाइन देनिया कह रहा है इन्हें इन्हें खतूत उपर जुड़ना चाहना, रिलीफ एक्टिविटी इस तरह होनी चाहनी, इंतजामिया इस तरह करना चाहना, बाकी सारा इससे क्राइसिस का बैरल इकोनॉमिक क्राइसिस का इसी सारा ए स्टॉल्स होना चाहना। जबकि मैं तुसे की एक मजाक मजाक हुआ लगा रहा कश्मीर अंदर कि पिछले 20 दिन तो अस मुसलसल यू देखने कि जो डीसी और एसी साहिबान दे आजाद कश्मीर अंदर जी इंतजामिया दी मसलन वो मस्जिद कॉल कर ले मुला दरसिया बच्चे खड़े नहीं सी इतजाज हो सी उते डीसी साहब खिताब कर रहे हो ले कोई लोकल छोटा मोटा लीडर दा या बड़ी पार्टी ने दा कोई उते नजर नहीं आना तुसे। अच्छा अंजमन दे ताजरान मतलब ना जरा कोई चाब यूनिट था वो खताब कर रहा सी। अच्छा कालजे तुसे ने बच्चिया ने कालजे कॉल करी उन्हें को इतजाज करा लिया उथे भी इसे तरह ना। अच्छा बॉयज कालजे मसलन ये कि लोग जिन सियासी पार्टी ने कॉल उपर निकल ले आने मतलब इस तरह लगना ना आजाद कश्मीर तुस आने ना तुसने कने कन्वे कि कर रहे मतलब तुसे ना क्या मतलब था कि जी एलओसी दी एलओसी ऊपर अगर इतने शरीर क्राइसिस दा और पूरी दुनिया अंदर एक आयत क्रिएट होनी कश्मीरियों ने कत्ल वगारत रहे तो ये जी सिटिंग इत रियासत थी ये आज त्यारे तक है मतलब चलो मौजूदा गवर्नमेंट की अगर पिछलियां गवर्नमेंट अस्पताल नहीं दे सके या फर्स्ट एड नहीं दे सके या एम्बुलेंसिस नहीं दे सके लेकिन मौजूदा जी गवर्नमेंट की जो डीसी पुंछ का या जो दीगर इंतजामिया ने लोग के वो इमीजिएट रिलीफ एक्टिविटी कम से कम कैंप का ला रही सकते हैं ना। मतलब उन्हें तुसने क्या मतलब था कि जो जाहिर कर रहे मतलब रावला कोट अजीरा अहबासपुर बच्चे खड़े स्कूल ने और डीसी साहब अच्छी तकरीर कर रहे तकरीर करी जा गए उठी उन्हें युगल नहीं दिसने के महाराज का कम बनना मतलब का जो बॉर्डर ने इलाके जो लोग सफर हुआ लगे ने कत्ल हुआ लगे ने जो लोग बर्बाद हुआ लगे ने जिन्हें घर बार गोले करने तबाह हुआ लगे ने मैं उन्हें की इमीजिएट रिलीफ नहीं मसल कोई इस तरह ना कैंप मैया करें जिसे दो डॉक्टर भेजे ने मैं उन्हें कम से कम जो ना कोई पट्टी है करी छोड़ा है मतलब अस ऐसी कैफियत दाखिल हुए ने कि मतलब जिसने जरा काम का वो कर रहा नहीं और जिसने जरा काम का वो कर रहा जख्मी होने की उठाने कोई एम्बुलेंस कोई स्ट्रेचर कोई फर्स्ट एड क्या ये देने वास्ते भी तुसे नहीं मौजूदा मकामी इंतजामी अमूर वास्ते जेड़ी हुकूमत दी उसको इतना भी फंड नहीं है। कबीर साहब मैं इस नहीं इसी नहीं तो ज्यादा दुख होया असल च अस लोग शायद शहरी इलाके बैठने या दूर बैठने सीजफायर लाइन को और असें शायद बिल्कुल एहसास नहीं है उन लोगों की महरूमियां और परेशानियां उ गच्छी का अंदाजा होना कि वो लोग कितनी परेशानियों का शिकार हैं और एक एम्बुलेंस भी अगर ये हुकूमत नहीं दे सकनी तो मेरा ख्याल है इस तरह ने हुकूमत का कोई इतने फायदा कोई नहीं कुछ की। अब आम तौर पर इस सड़े शहरी इलाके या नजदीक तरीन जो बाजार के उतने का लोगों खुद एम्बुलेंस का इंतजाम किया ना वो तो खैर सीज फायर लाइन एरिया चुके बहुत गरीब लोग थे उतने उसे डोनेट भी नहीं की एम्बुलेंस। अच्छा इतने बहुत मुहैया हजरात थे चलो हुकूमतों का इतना नहीं सारे लोगों की पता था कि ये कुछ कुछ नहीं देनिया लेकिन उस सीज फायर लाइन एरिए मुहैया जो हजरात थे उन्हें भी कोई तवज्जो ऐसी नहीं दी फायर तो अलावा भी उत्थे कोई अगर बीमार होना और किसी किस्म का मसला होना तो इतना पसमानदा एरिया था कि उत्थे लोग शहर तक पहुंचने में बहुत प्रॉब्लम होना आले पास मेन रोड पर गया जी तीसरी रोड क्रॉसिंग तक करनी बहुत थोड़ा साइड एरिया पर गए साइड एरिया इस वक्त अगर जम्मू कश्मीर टीवी की अगर कोई भी आदमी असने कोई भी ऑडियंस कोई देखने वाले किसी दुए मुल्क ने अंदर अगर उस इलाके कोई आदमी इस वक्त लाइव जम्मू कश्मीर टीवी की देखना तो वो असने ब्राहरास राबता करी सकना टेलीफोन नंबर 00447947979।
317577। मैं नीचे स्क्रीन ऊपर भी नंबर लिख सा, इस नंबर पर तुस अगर उस इलाके ने रहने वाले दिया तो तुस अपने हालात की आप ही भी अगर बयान करने चाहने आता जम्मू कश्मीर टीवी ने प्लेटफॉर्म और आज ना पहाड़ी प्रोग्राम तुसे नहीं खिदमत भी हाजिर था तुस आप ही ब्राह रास्त भी अच्छी तो दस ही सकने आके तुसे नहीं क्या पोजीशन थी जी। मसूद अनीस साहब अगर जिड़ा मैं इजाज साहब को पूछा कि अगर तुसे नहीं हुकूमत को इतना फंड नहीं है कि वो एक दो एम्बुलेंसेस उते दे सकें खास सेकंड हैंड या नहीं दे छोड़े तो वो अमेरिका और बरतानिया और कुथे कुथे ने वो पता नहीं दौरे करने आखिर एक क्या क्या मसलन सिर्फ अपने उस अयशी वास्ते हुकूमत होनी या आखने उन्हें जमहूरियत जिड़ी दी डेमोक्रेसी इज दी पीपल फॉर दी पीपल बाय दी पीपल लगना के इस दी डेमोक्रेसी इस दी इस फॉर जस्ट फॉर रिच पीपल एंड जस्ट फॉर दी पॉलिटिशियंस क्या आख लिया तुस सर जमहूरियत ते जेड़े पसमंदा मुल्क दे उन्हें जमहूरियत ते एवें एक फ्रॉड कीता गया लोके कन्ने उन्नी जेड़ी ग्रास नी कैफियत थी ना वो बड़ी डिफरेंट थी इतने आज भी जरा टबरें टीरे नहीं इन्फ्लुएंस ना जरा कोई टबर तगड़ा हो सी आज भी थे टबरें टीरे ने दरमियान मसलन ग्राम मोड़े से 21वीं सदी की शादियों नहीं होंगी हो इस गला जमहूरियत ने गलियां रहने दिया ना अब जी गल वाइंड अप कर रहे हैं इस गला की जी इजाज साहब गल की थी बड़ी शानदार गल थी कि फर्जे जो मुखयर हजरात थे मसलन जो कोटली का मीरपुर का जो दीगर रावला कोट के जो बिजनेस कम्युनिटी थी स्पैशली और जो अपने छोटे छोटे ग्राएं च अपने नायक ने एम्बुलेंसिस देने अपने वालदे ने नायक ने एम्बुलेंस देने कि उन्होंने एक कारे खैर ना एक जज्बा वा मैं तुसे ने टीवी जा साहब ने इस गल की अगे बढ़ा सा और मैं तुसे ने वसादत करने जेड़े भी कोई मुखयर हजरात थे उन्हें की वो अपील कर सक गुजारिश कर सक कि जेड़ी कोई ऐसा एलओसी नहीं सूरत हाल थी उसने पेशे नजर तुस मिनिमम कम से कम कोई इस तरह अपन पर्सनल जाति जिया कोई टीम अपने को नौजवान भेजा उन्हें लोगों की सूरत हाल चेक करा और उन्हें लोगों की सूरत हाल ने मुताबिक उन्हें की कंपनसेट करा मतलब उन्हें की सपोर्ट करा फर्ज कोई एम्बुलेंस दे सकना उसकी एम्बुलेंस देनी चाहिए कोई मेडिसिन दे सकना उसकी मेडिसिन देनी चाहिए कोई राशन दे सकना उसके राशन देना चाहिए मतलब इस तरह नहीं एक जरा पब्लिक जी एक्टिविटी थी ना इसकी जनरेट कर रही जाए अब आ सारी उम्र फर्ज आ हुकूमत ने जरा करदार बनना सा पहले फेज से डिस्कस करी छोड़ा कि बिल्कुल ग्रास ऊपर एग्जिस्ट ही नहीं कर रही कुत्ता मसलन उसने कोई शक्ल सूरत ही नहीं दिसनी सिर्फ शक्ल सूरत दिसनी असि जी छोटी छोटी इंतजामिया दी मसलन तहसीलदार हो सी मतलब माल अफसर हो सी मसलन डीसी हो सी मतलब इन इन शक्लों दिसनी जहां से नजारे बच्चे ने नजारे तकरीरा करे उसे नारे लाए थे उस समय ने क्या आजादी ना जरा काम था पूरा करी छोड़ा ये नहीं बल्कि उन्होंने जरा अपना काम था वो नहीं कर रहे इससे ऊपर यह रोना और वास्ता इनता है दर्द और दुख और मायूसी नहीं जरी कैफी इतनी बॉर्डर एरियाज नहीं और लोगों ने जो व्यूज दिया तुसे कने शेयर किए परसनली जाति भी शेयर कर रहे हैं उन्होंने वीडियो भी तुसे की भेजने इंफॉर्मेशन तुस लोगों की भी लाइव इन्ना तुसे मतलब ऑनलाइन सिस्टम का तो इस सारी सूरत हाल च अस फर्जिया हूं कितने आदमी देर तक हुक्मरान क्लास की गुफ्तगु करी टाइम जाया कर रहा मैं कितनी एक देर च आदमी हुक्मरान क्लास नहीं इन्हें सारियां अयाशियां पेचीदियां गुफ्तगु करी करी अपना टाइम वेस्ट कर रहा मैं बहरहाल मैं यो समझ रहा कि जाती तौर पर कश्मीरी कौम जी ना वो इस वक्त मतलब पार तो चलो एक जी सिचुएशन थी यह थी कि अगर हुक्मरान क्लास बंद ही तो सैल्फ बेस्ड जी सेंसरशिप थी ना मतलब साइलेंट बिल्कुल खामोश जिसका जरा काम था ना वो कर रहा है नहीं गायब वाला चोल गायब हो गया पता है नहीं अन्य कुछ की सब सुन गई नहीं तो इस सारी कैफियत ही जरा नौजवान का कश्मीरी जरा तुसे की सुनना जरा तुसे करना लिंक अप था जी बिजनेस कम्युनिटी थी जिन्हें दीगर कोई इस तरह ने मुहैया हजरात थे उन्हें करने बरहाल मारी गुजारिश थी तुसे नहीं विसादत करने जेके टीवी नहीं विसादत करने कि वो बॉर्डर ने एरियाज पर अपने तवज्जो दें और लोगों की जड़े जड़े कैफियत एक मायूसी नहीं कैफियत थी जड़ी दलदल नहीं कैफियत थी जड़े कह सकते हैं कि कसम कुर्सी नहीं कैफियत थी इसी चखाडे ना अपना एक रोल दें पर एजाज साहब चूंकि वो जड़ा इलाका था उसने यकीनन इतने लोग भी कुते बाहर कुते ऐसी जगह बीच नहीं है खासकर वेस्टर्न पास है बहुत क्या काम दे मिडिल ईस्ट में कुछ लोग उधर ने चलो थे काफी या फिर पाकिस्तान में कुछ मजदूरी करने तो उसके समय ने आके उनने लोगों खुद कोई इनिशिएटिव ही न चाहिए ना जिस ऊपर के दुए मुल्क के दुए इलाके ने रहने वाले रियासती बशिंदे जड़े थे
उन्हें नहीं कोई सपोर्ट करी सकने। क्या जरूरी है कि पहले उतना ने लोकल या उतने नजदीक तरीन इलाके ने लोग कोई इनिशिएटिव इन्हें नहीं सवाले करने? एजाज साहब सर नजदीक तरीन ने लोग अगर कुछ किसी हवाले करने थोड़े बहुत अगर सरल थे उन्हें की इन्ना चाहिए, लेकिन मैं इनिशिएटिव इन्ना चाहिए इस पर काम करना चाहिए। मैं समझना इसकी उन्हें नहीं चलो मैं ज्यादा वो उठे हैं वाकफियत भी थी हालात में भी ज्यादा पता था, लेकिन मैं लगना नहीं कि उस एरिए ने जड़े लोग थे वो कुछ अगर बेचारे गल्फ की चीजें वो इतना अफोर्ड कर रहे हैं। मैं समझना इसके दुनिया पर बहरे जितने जम्मू कश्मीर में लोग रहने थे सड़ चुके लोग बहुत ज्यादा फॉरन थे असल बुनियादी तौर पर सड़ा जरा इस वक्त तक मसला है कि असें सीज़फ़ायर लाइन ने एरिया जरा था उसने मसाइल शायद असने समझने क्योंकि खुद अस भी जब शहर रिलेटेड ने उन्हें असें नहीं पता ये सुनने होने कि उत्थे फायरिंग हुई है बमबारी हुई है वगैरह वगैरह, लेकिन असें वो एहसास उस तरह ना नहीं है। यानी मैं उन्हें को उन्हें लोगों को असें पूछने से कि भाई इतने जो गोला बारी होनी है तुसें की खौफ चूंकि मैं उन्हें की दसा कि मैं एक दफा रावला कोट तो खाई गला चौड़ा से इतने फायर हो तो मैं उठे मैं की खौफ ना बहुत ज्यादा चूंकि इस तरह की आवाज अच्छी थी तो उन्हें जी कि असें हूं आदि हुई है इन चीजें ने रात जो 2-3 बजे सुबह फायरिंग होनी अमूमन 2-3 बजे ने टाइम पर होनी ते असें बस त्राह निकली अन्ना असें जागी अन्या उठी अन्या ते बाकी असें पता होना कि कुसै वेले भी कोई गोल आई सी ते असें मरी भी सकने। अब दुनिया जितने लोग बसने मैं समझना इसके उन्ने की सीज फायर लाइन ने एरिए ने लोगों ने एहसास कर रहा बहुत जरूरी था। असें सबसे बड़ा प्रॉब्लम ये था कि असें की बिल्कुल एहसास नहीं है कि सीज फायर लाइन ने एरिए कितने मिसाइल दे गुरबत पहले तो बहुत ज्यादा थी उन्होंने मिसाइल बहुत तो उसने एहसास आस कर रहे हो तक फिर अगला कोई स्टेप उठा सकते हो और दुनिया भर के लोगों की उन्हें नहीं मदद करनी चाहिए। मैं समझना जी जी नाजरीन इस वक्त है आज इस प्रोग्राम मां बोली भी जड़ा के पहाड़ी पुंछी जबान प्रोग्राम था। बहुत सारे लोग पूछने के केड़ी जबान दी ए माड़ी मां बोली दी माड़ी ओ जबान दी जड़ी मैं अम्मा और मियां चोलिया दा सी कि नहीं ए एक प्रोग्राम हफ्ते विच हर हफ्ते की शामी 5 बजे इन्नी तैन है तुसे लोगों के वास्ते। अज ना जरा अस ना मौजूद अज इस चीज पर अस गल करने हैं क्योंकि रावला कोट तू जर्नलिस्ट और ताजिर बरादरी ने लोकें कल सीज फायर लाइन ने इलाके जरा 33 नोट अजीरा साइड दा जरा इस सेक्टर ऊपर उन्हें दौरा किया सा उन्हें गच्छी लोकें कने गल की थी। आज उतना दो लोग अस कने मेहमान दे एक मशहूर कारोबारी शख्सियत दे सरदार एजाज खान साहब रावला कोट तू और दूसरे साफी दे सरदार मसूद अनीफ ए भी रावला कोट तू दे ओ उतना ने हालात अस की दसने। इस दौरान मैं अपने इस वक्त लाइव जड़े लोग देखने मैं उन्हें की एक बार जरूर आखने चाहता कि इस वक्त जड़ी रियासत जम्मू कश्मीर ने भारतीय मकबूजा इलाके भी जड़ी सूरत हाल दी गुजश्ता 5वां हफ्ता शुरू था कि असें की कोई पता नहीं कि उत्थे क्या हालत है। उन्हें इतलात ये भी एनिया के बच्चे घरे ने अंदर मरने शुरू हो गए और उन्हें की घरे अंदर दफनाया जा रहा है। अज किसी अखबार ने यह स्टेटमेंटा भी दिया उत्थे किसी किस्म नहीं रेड क्रॉस कोई किसी की जाने नहीं इजाजत नहीं है उसने बावजूद एक इनिशिएटिव इन्हें कोशिश हो रही है कि कोई ऐसा तरीका वे कि उन्हें लोगों तक अद्वियात खुराक पानी कम से कम चीजा पहुंचे। लेकिन दूसरा पासा ये भी देखना कि अगर इस पासा ये हालत थी जो सारे जर्नलिस्ट दस रहे हैं जो सारे कारोबारी जो सारे भरा दे एजाज साहब वह दस रहे तो इधर तक कोई ऐसा कर्फ्यू नहीं इन्हें तक तो पहुंचा ही सकने कुछ ना कुछ तो आज देखने कि इस प्रोग्राम तो बाद कितने एक ना कुतै सुत्ता ना जड़ा था आसना जमीर और जागना और कम से कम उस इलाके क्या कुसे एम्बुलेंस ना या कोई अद्वियात ना या कोई ऐसा कोई आदमी कुसे जगह बैठे ने आसने जिड़े भी ऑडियन दे ओ बरतानिया दे अमेरिका दे कैनेडा दे यूरोप दे मिडल ईस्ट भी दे पाकिस्तान भी दे या आजाद कश्मीर भी दी मुखय्यर हजरात दे देखने के इस जड़ा प्रोग्राम होना इसने अगले प्रोग्राम तक आ सकी उतना क्या इतला लाभ सी कि केड़े लोगों ना वाकया ही कोई दिल अने अंदर दर्द दा और वो उन्हें लोगों वास्ते कुछ करने हैं इसनी उम्मीद रे सी मैं कि यकीन दा कि असने ऑडियंस विच बहुत सारे ऐसे लोग दे कि वो बहुत कुछ कर ही सकने। हाँ अगर उते कोई गवर्नमेंट सतह पर कोई पाबंदी लगनी कोई परेशानी होनी तुसें कि उते पहुंचाने विच प्रॉब्लम होनी तो तुस उतना ने लोकल जर्नलिस्ट हजरात कन्ने उतना ने कारोबारी ताजर यूनियन दी जड़ी उन्ने कन्ने आम लोगों का राबता करी सकने और उन्हें लोगों ने कुछ ना कुछ कम से कम उन्हें की जड़ा था सहूलत देने की कोशिश करा के जिसी चो
कम अज कम उन्हें मासूम बच्चे दी जाने की बचाई सकें ए बासियत इंसान भी अस ना फर्ज बनना। ते मसूद हनीफ साहब तुसें क्या आखने चाह लिया के बाहर जेड़े लोग दे उन्हें की क्या आखने चाह लिया के जेड़ा उत्थे दा तुस चलो गाची देखने आ आसे की तक हालात पहुंचने आ बुझने लोग दर्द और ज्यादा बढ़ना। लेकिन जिस तरह एजाज साहब गल की थी कि वो एहसास नहीं होना, उस एहसास की किस तरह जगाया जा सकना, किस तरह बेदार किया जा सकना। जी मसूद साहब जेके टीवी ने भी शुक्रिया चलानी, तलाफी न्यूज ने भी शुक्रिया भी चलानी और उसी तुसे ना एक बड़ा कलीदी रोल था उस राय की कन्वे किया ना पेपर क्लाइज देना रावला को अस जीरा बार ही चने हैं उतने उन्हें कने तकरीबन 100 तो ऊपर जेड़े वकला से उन्हें कने सारी मीटिंग रही, मुलाकात रही और डिटेल ही चीज सारे बार सिचुएशन के असर डिस्कस किया और एक सवाल अस डिस्कस कर रहे हैं कि यार मतलब कश्मीर में मौजूदा सूरत हाल इस तो पायदार हाल का था 100% कश्मीरियन जो पोलिटिकल माइंड था कुछ सियासी पार्टियां करने दे कुछ नुकता नजर करने दे या मतलब किसा शोभा जिंदगी ताल्लुक रखने सिर्फ एक गल समझने के सड़िया तरफा यो पैगाम देश छोड़ा आलमी दुनिया के भी देश छोड़ा और इन्हें जरिए बुरा जमान दो रियासत इन्हें के भी देश छोड़ा कि अस तकसीम कबूल नहीं होने लगी। तकसीम जेड़ा भी कोई फार्मूला ऐसी हो सी उसके अस रेजिस्ट कर रहे हो एक तो यो सारा सियासी जी सारे कल अपनी एक्टिविटी थी फिर उस तो बाद उन्हें वकला करने सिखाना खादा मतलब मुलाकात पर दो वकला स्पेशल असे करने गए थे ना तारक एडवोकेट साहब और नासर एडवोकेट साहब सिकंदर एडवोकेट साहब तीन तो चार लोग बॉर्डर तक गए असे कुछ जेडे कोई दो तीन कैरदे चौधरी सिकंदर साहब ने दा कैर जिस ऊपर गोले लगे ने उन्होंने बहुत ज्यादा डैमेज वाला कैर उन्होंने लड़का था चौधरी आम है उसने जरा तुसे की वीडियो भी थोड़ी देर बाद भेजने उसकी तुसे गुजाश भी दे लिया ठीक है तुसे लोगे दसना था कि लोग किस हालत इस दे पर मां जी जेडी असे मिले। अच्छा इस करने करने अस लोगे को एक और सवाल पूछने से इस सवाल ने तुस तस्दीक कर लिया एजाज साहब को उन्होंने मौजूदगी जो गल इस गला जरूरी थी मैं अस तक तस्दीक करा तो उसने इस सवाल करने करने में अस लोगों को यो गल भी पूछने कि भी ये जरा मसला था इस तरह क्या हाल था अगर मतलब बुढ़िया दिया बच्चे दे या जिधर कोई मुश्किलात ही लोग दे तो उनने सारे ने भी ये राय दी कि भाई ये दो मुल्क ने फौजों इतना रचन सारी जान छोड़न और मतलब आजादाना कोई राय शुमारी नजरिए सारा कुछ हल किया जाए और असि की कतलो गारत को बचाया जाए और ये वायद गल थी जी पूरी दुनिया ने कश्मीरिये की जेडे बाहर भेजे ने जेडे अंदर भेजे ने जेडे सियासतदान दे जेडे वकील दे जेडा स्टूडेंट दा जेडा जिस बिजनेस कम्युनिटी दा उन्ने सारे कने लोग मतलब बार्डर ना बच्चे बुढ़िया वकील चीखी चीखी एक अपील कर रहे कि भाई जिस कैफियत चा जिस माड़ी उसको सूरत हाल चास निकल लिया तो कुलत मुश्तर का तौर पर एक आवाज बुलंद करा और उस आवाज ने नतीजे को बैन अवी दुनिया सारे मसले ही शामिल हुआ और इसमें कोई सोल्यूशन हुआ 70 साल तो कुर्बान हुआ लगे ने इस बॉर्डर उपर इस LOC उपर मतलब हर तरह का मसला था फर्ज था आज तो चलो एक क्राइसिस का पार जिसकी वजह कर शार्प हुई है लेकिन रूटीन मैटर था अस जो उन्होंने पूछने के भाई क्या उन्हें जी क्या बनता नहीं उन्होंने रूटीन का मसला था अब रूटीन का मसला कोई ना इसमें क्या वजूहत थी वो मतलब नेक्स्ट कुछ प्रोग्राम है इसमें वजात कर रहे उस वक्त जरा अदाद शुमार या लोगों ने जी राय दी क्योंकि अस बुनियादी तौर पर लोगों ने तर्जमान दिया मसलन अस लोगों में लिए तो लोग क्या आखने दे अस वो गल कन्वे कर रहे हैं और उस गल अगे अगे बढ़ाने कोई ए लोग तुसे कने अपील कर रहे हैं जी लोगों को राबता करा एने लोगों को तुम डायरेक्ट पूछा एने लोगों को तुम डायरेक्ट राय ना कि भाई लोग इस वक्त क्या चाहे जम्मू कश्मीर का आम आदमी क्या चाहना जरा मुतासर होना जिसना बच्चा भुखा मरना जिसना बुढ़ा वालत खट्टा उपर दवाइया गल एड़िया रगड़ी रगड़ी मरना जिसना घर शल कने तबाह हो गया ना जिसने बच्चे स्कूल नहीं गची सकते जिसने घर खौफ जिसने कुड़ी पानी पानी नहीं आनी सकते वो लोग तुसे कने गुजारिश करे कश्मीर का इशू कमरान क्लास कोई अयाशी नहीं यकजहती करी छोड़ी उन्हें उतने ना लंडन च है भाई छोड़ा उन्हें अमेरिका च है भाई छोड़ा उन्हें पाकिस्तान च है भाई छोड़ा जिस तरह एजाज साहब इन खूबसूरत गल की अस जो शहर च रहने असें एहसास नहीं होना दुख दर्द ना एहसास नहीं होना फायर ना एहसास नहीं होना
ਮਹਿਰੂਮੀ ਨਾਲ ਅਹਿਸਾਸ ਨਹੀਂ ਹੋਣਾ, ਇਲਾਜ ਨਾਲ ਅਹਿਸਾਸ ਨਹੀਂ ਹੋਣਾ, ਅਜ਼ੀਅਤ ਨਾਲ ਜ਼ਿੰਦਗੀ ਨਾਲ ਅਹਿਸਾਸ ਨਹੀਂ ਹੋਣਾ, ਉਸ ਅਲੋਸੀ ਉੱਪਰ ਗੱਛੀ ਦਾ ਅਹਿਸਾਸ ਹੋਣਾ, ਇਸ ਸਾਰੀ ਜ਼ਿੰਦਗੀ ਨਾਲ ਇਨਸਾਨੀ ਜ਼ਿੰਦਗੀ ਨਾਲ ਉੱਥੇ ਗੱਛੀ ਅਹਿਸਾਸ ਹੋਣਾ ਕਿ ਜਿਹੜਾ ਕਿ ਗੁਫ਼ਤਗੂ ਹੈ ਲੱਗੀ ਨੀ ਉਸ ਕਰਾ ਬਿਲਕੁਲ ਮੁਖਤਲਿਫ ਗੱਲ ਦੀ, ਔਰ ਜਿਹੜੇ ਉਹਨਾਂ ਨੇ ਅਸਲ ਮਸਲੇ ਦੇ ਜਿਹੜੇ ਉਹਨਾਂ ਨੇ ਅਸਲ ਆਵਾਜ਼ ਦੀ ਉਸਕੀ ਐਡਰੈਸ ਕੇ ਨਹੀਂ ਕੀਤਾ ਜਾਣਾ ਕਿਸੇ ਜਗ੍ਹਾ ਉੱਪਰ, ਕਬੀਰ ਸਾਹਿਬ ਜਿਹੜੀ ਗੁਜ਼ਾਰਿਸ਼ ਕਰਨੇ ਜਾਣਾ ਅਸਲ ਦੁਨੀਆ ਕਰ ਲੈ ਉਹ ਯੋਗ ਜੀ 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 ਏਜਾਜ਼ ਸਾਹਿਬ ਕਿਆ ਤੁਸੀਂ ਜਦੋਂ ਇਹ ਜਰਨਲਿਸਟ ਹਜ਼ਰਤ ਉੱਥੇ ਲੋਕੇ ਕੋਲ ਪੁੱਛਦੇ ਸੀ ਕਿ ਇਹਨਾਂ ਚੀਜ਼ਾਂ ਕੋਲ ਕਿਸ ਤਰ੍ਹਾਂ ਬਚੀ ਸਕਨੇ ਹੋ, ਔਰ ਉਹਨੇ ਜਿਹੜੇ ਜਵਾਬ ਦਿੱਤੇ ਕਿ ਇਤਨਾ ਫੌਜੋਂ ਨਿਕਲੀ ਗੱਛੇ ਔਰ ਇਸ ਤਰ੍ਹਾਂ ਨਾ, ਕਿਆ ਤੁਸੀਂ ਐਸੇ ਖਿਆਲਾਤ ਉਤਨਾ ਨੇ ਲੋਕੇ ਕੋਲ ਸੁਨੇ ਖੁਦ ਵੀ ਬਰਾਹ ਰਾਸਤ? ਜੀ ਬਿਲਕੁਲ ਕਬੀਰ ਸਾਹਿਬ, ਸਭ ਤੋਂ ਪਹਿਲੇ ਤਾਂ ਅਜਿਹੇ ਬਾਹਰ ਵਿੱਚ ਹੈ ਜਿਹੜੇ ਸਾਡੇ ਲੋਕਾਂ ਨਾਲ ਗੁਫ਼ਤਗੂ ਹੋਈ, ਬਹੁਤ ਬੜੀ ਤਾਦਾਦ ਵਿੱਚ ਹੈ ਉੱਥੇ ਵਕਲਾ ਹਜ਼ਰਤ ਸਕੇ ਮਿਲ ਚੁੱਕੇ, ਪਹਿਲੇ ਵੀ ਉਹਨਾਂ ਕੀ ਇਨਫੋਰਮ ਕੀਤਾ ਨਾ ਸਕੇ ਉੱਥੇ ਆਸ਼ੀਆਂ। ਇਹ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਤਮਾਮ ਮੁਕਾਦਬੇ ਫਿਕਰ ਨੇ, ਤਮਾਮ ਪਾਰਟੀਆਂ ਨੇ ਉੱਥੇ ਵਕਲਾ ਹਜ਼ਰਤ ਮੌਜੂਦ ਸੀ, ਲੇਕਿਨ ਉਹਨਾਂ ਨਾਲ ਇੱਕ ਮੌਕਾ ਸਾ ਕਿ ਰਿਆਸਤ ਜੰਮੂ ਕਸ਼ਮੀਰ ਦੀ ਤਕਸੀਮ ਉੱਪਰ ਅਸੀਂ ਸਮਝੌਤਾ ਨਾ ਕਰ ਸਕਨੇ, ਇਸਦੀ ਵਾਅਦਤ ਉੱਪਰ ਸਮਝੌਤਾ ਅਸੀਂ ਨਾ ਕਰ ਸਕਨੇ, ਔਰ ਫੌਜਾਂ ਦਾ ਇਨਖਲਾ ਇੱਥਾਂ ਬਹੁਤ ਜ਼ਰੂਰੀ ਹੈ, ਔਰ ਉਸ ਨਾਲ ਵੈਸੇ ਚੁਕੇ ਇਹ ਸਿਸਫਾਇਰ ਲਾਈਨ ਏਰੀਏ ਚ ਗੱਛੀ ਵੀ ਦਾ ਪਤਾ ਲੱਗਣਾ, ਔਰ ਖਾਸ ਤੌਰ ਉੱਪਰ ਮਕਬੂਜ਼ਾ ਕਸ਼ਮੀਰ ਨੇ ਇਸ ਜੰਮੂ ਕਸ਼ਮੀਰ ਜਿਹੜਾ ਮਕਬੂਜ਼ਾ ਜੰਮੂ ਕਸ਼ਮੀਰ ਉਸਦੀ ਜਿਹੜੀ ਸੂਰਤ ਹਾਲ ਹੈ, ਅਸੀਂ ਸਮਝਿਆ ਕਿ ਸਿਸਫਾਇਰ ਲਾਈਨ ਏਰੀਏ ਚ ਹਾਲੇ ਕਰਫਿਊ ਕੁਛ ਨਹੀਂ, ਲੇਕਿਨ ਇਸਦੇ ਬਾਵਜੂਦ ਵੀ ਉੱਥੇ ਅਗਰ ਇਤਨਾ ਖੌਫ ਹੈ ਤਾਂ ਭਾਰਤੀ ਮਕਬੂਜ਼ਾ ਕਸ਼ਮੀਰ ਜਿੱਥੇ ਮੇਰੇ ਖਿਆਲ 26 ਦਿਨ ਤੋਂ 26 ਦਿਨ ਹੋਈ ਹੈ ਕਰਫਿਊ ਹੈ, ਉਹਨਾਂ ਲੋਕਾਂ ਦੀ ਘਰ ਹਾਲਤ ਸੀ, ਔਰ ਭਾਰਤੀ ਬਰਬਰੀਅਤ ਜਿਹੜੀ ਉੱਥੇ ਮੋਦੀ ਹਕੂਮਤ ਦਾ ਜਿਹੜੀ ਫਾਸ਼ਿਜ਼ਮ ਹੈ ਉੱਥੇ ਜਿੱਥੇ ਜ਼ੁਲਮ ਹੋ ਰਿਹਾ ਹੈ, ਮੈਂ ਸਲਾਮ ਕਰ ਰਿਹਾ ਸੀ ਜੰਮੂ ਕਸ਼ਮੀਰ ਨੇ ਲੋਕ ਕੀ ਕਿ ਉਹ ਫਿਰ ਵੀ ਡਟੇ ਨੇ ਔਰ ਉਹ ਆਜ਼ਾਦੀ ਨੇ ਉਸ ਨਾਰੇ ਉੱਪਰ ਕਾਇਮ ਦੇ, ਉਹ ਲੋਕ ਉਹਨੇ ਲੋਕ ਕੀ ਮੈਂ ਖਾਸ ਤੌਰ ਉੱਪਰ ਸਲਾਮ ਕਰ ਰਿਹਾ ਸੀ, ਲੋਕਾਂ ਨੇ ਜਿਹੜੇ ਤਾਸਰਾਤ ਸੀ ਵਕਲਾ ਹਜ਼ਰਤ ਨੇ ਤਮਾਮ ਵਕਲਾ ਹਜ਼ਰਤ ਜਿਤਨੇ ਵੀ ਥੇ ਸੇ ਉਹਨੇ ਜਿਹੜੀ ਗੱਲ ਮਹਿਸੂਸ ਸਾਹਿਬ ਤੁਸੀਂ ਕਹਿੰਦੇ ਜ਼ਿਕਰ ਕੀਤੀ, ਦੋ ਟੋਕ ਅਲਫਾਜ਼ ਚ ਉਹਨੇ ਗੱਲ ਆਹੀ, ਔਰ ਜਿਤਨੇ ਸੀਸ ਫਾਇਰ ਲਾਈਨ ਏਰੀਏ ਚ ਅਸੀਂ ਲੋਕ ਮਿਲੇ ਉਹਨੇ ਆਇਆ ਜੀ ਕਿ ਸੀਸ ਫਾਇਰ ਲਾਈਨ ਦਾ ਫੌਜ ਨਾਲ ਇਨਖਲਾ ਹੋਣਾ ਚਾਹੀਦਾ, ਅਭੀ ਹੈ ਕਿ ਇਹ ਅਹਿਸਾਸ ਖੁਦ ਜੰਮੂ ਕਸ਼ਮੀਰ ਨੇ ਲੋਕਾਂ ਕੀ ਜ਼ਿਆਦਾ ਕਰਨਾ ਪਸੀ ਉਹ ਚਾਹੇ ਜਿਸ ਇਲਾਕੇ ਚ ਗਏ, ਮੈਂ ਸਮਝਦਾ ਕਿ ਜੰਮੂ ਕਸ਼ਮੀਰ ਨੇ ਲੋਕ ਸਾਰੇ ਯਕਜ਼ਬਾਨ ਅਗਰ ਹੋ ਲਏ ਤਾਂ ਫੌਜ ਨਾਲ ਇਨਖਲਾ ਵੀ ਹੋਈ ਸੀ, ਔਰ ਲੋਕਾਂ ਨਾਲ ਮਹਿਰੂਮੀਆਂ ਨਾਲ ਜ਼ਾਲਾ ਵੀ ਜੰਮੂ ਕਸ਼ਮੀਰ ਨੇ ਲੋਕ ਸ਼ਾਇਦ ਖੁਦ ਕਰ ਸਕਦੇ ਹੈ, ਮੈਂ ਸਮਝਦਾ ਕਿ ਅਗਰ ਲੋਕ ਸਾਡੇ ਲੋਕ ਦੁਨੀਆਂ ਵਿੱਚ ਦੇਖਣੇ ਹੋਏ ਤਾਂ ਦੁਨੀਆਂ ਸ਼ਾਇਦ ਇਸ ਉੱਪਰ ਕੋਈ ਜ਼ਿਆਦਾ ਤਵੱਜੋ ਨਹੀਂ ਦੇਣੇ ਲੱਗੀ, ਨਾ ਜਿਹੜੇ ਇਹ ਮਮਾਲਿਕ ਤੇ ਸਾਡੇ ਜਿਹੜੇ ਇੱਥੇ ਜਿਹਨਾਂ ਨੇ ਫੌਜਾਂ ਜਾਂ ਇਹ ਵੀ ਉਹਨਾਂ ਕੀ ਵੀ ਸਾਡਾ ਅਹਿਸਾਸ ਉਸ ਤਰ੍ਹਾਂ ਨਹੀਂ ਆਉਣ ਲੱਗਾ, ਅਸੀਂ ਖੁਦ ਇਸ ਨਾਲ ਅਹਿਸਾਸ ਕਰਨਾ ਪਿਆ ਸੀ, ਅਸੀਂ ਲੋਕਾਂ ਕੀ ਯਕਜ਼ਬਾਨ ਹੋਣਾ ਪਿਆ ਸੀ, ਔਰ ਇਹ ਲੋਕ ਨਾ ਜਿਤਨੇ ਲੋਕ ਅਸੀਂ ਮਿਲੇ ਉਹਨਾਂ ਨੇ ਤਾਸਰਾਤ ਵੀ ਹੈ। ਅੱਛਾ ਜੀ ਆਪਣਾ ਮਸੂਦ ਹਨੀਫ ਸਾਹਿਬ, ਲੋਕ ਹਾਨੇ ਕੇ ਫੌਜਾਂ ਨਿਕਲੀ ਗੱਛੇ, ਤਾਂ ਮੈਂ ਦੂਆ ਪਾਸੇ ਥੋੜਾ ਜਿਹਾ ਤੁਸੀਂ ਕੋਲ ਇੱਕ ਪੁੱਛਣਾ ਚਾਹੁੰਦਾ ਕਿ ਕਿਉਂਕਿ ਇਹ ਕੰਪੇਨ ਲਾਂਚ ਹੋਈ ਨੀ ਮੀਡੀਆ ਵਿੱਚ ਅਖਬਾਰਾਤ ਵਿੱਚ ਪਰਸੋਂ ਤੋਂ ਪਾਕਿਸਤਾਨੀ ਤਰਫਾ, ਔਰ ਸੁਣਿਆ 6 ਸਤੰਬਰ ਤੋਂ ਤਾਂ ਬਾਕਾਇਦਾ ਕਰ ਰਹੇ ਨੇ, ਜਿਸ ਵਾਸਤੇ ਕਿ ਟਰੱਕੇ ਨੇ ਟਰੱਕ ਅਸੇ ਤੱਕ ਇਤਲਾਹ ਹੈ ਕਿ ਝੰਡੇ ਭੇਜੇ ਜਾ ਰਹੇ ਨੇ ਹਰ ਸ਼ਹਿਰ ਵਿੱਚ ਕਿ ਕਸ਼ਮੀਰ ਬਣੇਗਾ ਪਾਕਿਸਤਾਨ, ਤੇ ਕਸ਼ਮੀਰ ਪਿਆ ਪਾਕਿਸਤਾਨ ਬਣਾ ਜਾਂ ਆਟੂਟੰਗ ਬਣਾ ਜਾਂ ਸ਼ਾਰਕ ਬਣਾ, ਇਹ ਕਸ਼ਮੀਰੀਆਂ ਵਾਸਤੇ ਵੀ ਕੋਈ ਆਵਾਜ਼ ਤੁਸੀਂ ਉੱਥੇ ਬੁੱਝੀ, ਕੋਈ ਉੱਠੀ ਕੇ ਸਿਰ ਝੰਡੇ ਹਿਲਾਵਾ ਨੇ ਜੁਲੇ? ਸਰ ਮੈਂ ਤੁਸੀਂ ਦੱਸਾਂ ਕਿ ਮਸਲ ਆਪ ਬਰੇ ਸਗੀਰ ਨੇ ਜਿਹੜੀ 1947 ਨੇ ਤਕਸੀਮ ਦੀ ਨਾ, ਅਬ ਉਸਨੇ ਜਿਹੜੀ ਕਿ ਅੱਜ ਤੱਕ ਅਸੀਂ ਸਫ਼ਰ ਕੀਤਾ ਲਗੇ ਨੇ ਨਾ, ਉਸੀ ਚ ਇਹ ਹੈ ਉਹ ਬੁਨਿਆਦੀ ਕੁਸਚਨ ਦਾ ਕਿ ਤੀਸਰੇ ਫਰੀਕ ਨੇ ਤੌਰ ਉੱਪਰ ਕਸ਼ਮੀਰੀਆਂ ਕੀ ਕਿਸੇ ਜਗ੍ਹਾ ਇੰਦਾ ਹੈ ਨਹੀਂ ਕਿਹਾ, ਔਰ ਅੱਜ ਵੀ ਜਿਹੜੀ ਕੋਈ ਕਸ਼ਮੀਰ ਦੀ ਲੀਡਰਸ਼ਿਪ ਤੀ ਉਹ ਕਿਸੇ ਕਿਸੇ ਜਗ੍ਹਾ ਉੱਪਰ ਖੜੀ ਦਾ ਆਪਣਾ ਮੌਕਾ ਸੀ ਆਪਣੀ ਗੱਲ ਪਾਈ ਹੈ ਨੀ ਪਾਣੀ ਹੈ ਨੀ ਠੀਕ ਹੋਈ ਆ, ਤਾਂ ਇਸੀ ਚ ਮਸਲ ਜਿਸ ਤਰ੍ਹਾਂ ਅਸਲ ਮਸਲਾ ਦਾ ਉਹ ਚੋਲ ਫਰੀਕ ਹੈ ਬਾਹਰ ਬਜਾਣਾ ਹੋਇਆ ਉਸ ਕੋਲ ਤੂੰ ਸਰ ਗੱਲ ਹੀ ਹੈ ਨਾ ਇਨਸੀ ਦੁਨੀਆ ਦੁਨੀਆ ਨਾਲ ਇਨਸਾਨ ਨਾ ਇਨਸੀ, ਔਰ ਫਿਰ ਜਿਹੜੇ ਉਸਨੇ ਜਿਹੜੇ ਤਰਜਮਾਨ ਦੇ ਉਹ ਉਰਾਰ ਪਾਰ ਨੇ ਜਿਹੜੀ ਬੰਦਰ ਵਾਟ ਤੇ ਜਿਹੜੇ ਦੋ ਮੁਲਕ ਨੇ ਮਸਲ 1947 ਤੋਂ ਪਹਿਲੇ ਇਹ ਪਾਕਿਸਤਾਨ ਔਰ ਹਿੰਦੁਸਤਾਨ ਦੋਵੇਂ ਭਰੇ ਸਗੀਰ ਨੇ ਨਾਇਕ ਨੇ ਜਾ ਰਹੇ ਸੀ, ਔਰ ਉਸੀ ਚ ਕਸ਼ਮੀਰ ਬਾਜ਼ਾਤੇ ਖੁਦ ਇੱਕ ਨਾਮ ਦੇ ਤੌਰ ਉੱਪਰ ਮੌਜੂਦ ਰਿਆਸਤ ਸੀ ਔਰ ਇੰਡੀਪੈਂਡੈਂਟ ਸਟੇਟ ਸੀ, 100 ਸਾਲ ਤੱਕ ਇੰਡੀਪੈਂਡੈਂਟ ਸਟੇਟ ਸੀ, ਅਸ ਪਿਛਲੀ ਬਹੁਤ ਲੰਬੀ ਚੌੜੀ ਹਿਸਟਰੀ ਚ ਆ ਗਏ ਨੇ। ਅੱਜ ਜਿਹੜੀਆਂ ਫੋਰਸਿਸ ਇਸ ਗੱਲਾਂ ਕੀ ਕਲੇਮ ਕਰ ਰਹੀਆਂ ਜਾਂ ਦਾਅਵਾ ਕਰ ਰਹੀਆਂ ਕਿ ਤੁਸੀਂ ਇਹ ਅਸਿਗ ਨਹੀਂ ਹੋਣੀ ਚਾਹੀਦੀ,
असें इस उपर एतराज नहीं, मैं बस साफी बिल्कुल इस उपर एतराज नहीं, और मराहल दा ताजरान कने रिलेट दे इजाज साहब के भी इस गल्ला उपर एतराज नहीं है। एतराज सिर्फ इस गल्ला उपर दा कि जेड़े लोग सफर कर रहे हैं, जेड़े लोग कतल होने हैं, जेड़े लोग जिन्हें बच्चे भुखे ने मर रहे हैं, जिन्हें बच्चे स्कूल च नहीं गच्छी सकते, आया उन्हें को भी तो पूछा ना, मसले झंडे लाए करने, मतलब बड़िया बड़िया भड़क मारे करने, बड़िया बड़िया तकरीरों किते करने, मसलन राय माने बदलने बदलनी, बल्कि ये जड़िया भड़कबाजी थी, ये जड़े सेलिब्रेशन ने दिन दे या ये जड़ी यकजहतियां होंगी जो इस कश्मीर ने लोगों की जड़े आम सफर वाला आदमी था उसकी ज्यादा मुश्तहिल कर रहा होगा, उसकी ज्यादा मुश्तहिल किते ना आने वाले दिन में मसल ज्यादा नुकसान होले, क्योंकि हुक्मरान जेडी भी क्लास थी वो पूर्ण पब्लिक के ना रिलेट ही है नहीं, मसल पूरी आजाद कश्मीर रो हुक्मरान मसल बरेसर सुल्तान महमूद चौधरी बढ़िया आनिया जानिया सिया, मैं ब्रिटिश पार्लियामेंट ही मिला, मैं स्वीडन ही मिला, मैं अमेरिका ही मिला, पिछले 20 दिन तो मतलब सकते नहीं काफी कैफियत थी, क्योंकि उसने अपनी कोई लाइन नहीं है, उसने सियासत अपनी कोई लाइन नहीं सी, और कश्मीरी ने जी बदकिस्मती थी वो यो दी कि पार्टीशन तो बाद दुनिया के ला तल्लुक हुई, मसलन तुसे आजादी ने लफ्ज की इतना मसख करी, उसकी कंडीशनल इलाके हिंदुस्तान और इलाके पाकिस्तान यो कश्मीरी लीडरशिप ने जुर्म दा के पेश कर रहे, और ग्रेजुअली पूरी दुनिया इसको ला तल्लुक होनी रही गेरा, यो मतलब दो मुल्क ना इंटरनल मसला था। अब इस सारे अमल ने नतीजे जरा भूल कश्मीरी सफर वा वो श्रीनगर च वा, वो जम्मू च वा, वो करगिल च वा, वो मसलन नक्याल वा, वो पुंछ वा, वो मसलन नीलम वा, जो पूरे ओ इलाका जाते के जेडे इंतहाई पसमंदा थे, जिन्हें कोल आज भी कुसा कोल फर्स्ट एड नहीं सहूलत मौजूद नहीं, जिन्हें कोल आज भी एम्बुलेंस मौजूद नहीं, जिन्हें ने बच्चे को स्कूल मौजूद नहीं, जिन्हें ने बच्चा रोड़ा और फायरिंग करना कत्ल हो गया, तो उस मऊ कोल को ये जो सारा मौजूद नहीं कि उसके पता अस्पताल ही नहीं गचा, तहसील हेडक्वार्टर जीरा अस्पताल का उतने नहीं जी हालत थी, मतलब उतने नहीं तुम दवाइया, उतने डॉक्टर, उतना डाटा पूरा मौजूद है ना आज जरा जिसके शेयर करे। अब इस सारी कैफियत मसलन तुस अगर कश्मीरी जितना भी था उसकी इग्नोर करी तो ऊपर ऊपर बारगेनिंग कर ले, और भुन्नी जी सूरत हाल थी उसकी तुस ना समझ रहा ना उसने टच दिया, तो मैं अगर यो दसा के और ना तो इस कश्मीरिया ने इस आवाज की कुतै मसलन कुसै जगह पर गुंजाइश थी यार, या ना इसकी तुस तीसरे फरीक ने तौर पर हिल लिया, तो फिर इस तरह जेड़ा भी डिसीजन होसी हो जिस मुल्क का भी कोई हलाक हो सी, मसलन मूंदी सारी क्यादत पार गिरफ्तार करी अंदर भाई, तो तुसने का मतलब था कि उठे अमन कायम करी रहा, जो ही मौका लपड़ो नहीं फिर गली निकली इन्हें उठी नौजवान पत्थर इन्हें पर जिदा इस तरह है जी। जी एजाज साहब मेरा ख्याल है मसूद अनीफ साहब ने रबते ही कोई थोड़ी जी खल लाया, जड़ा वो आखने के हुकूमत कुतै नजरी नहीं है नी, तो तुसने इस वक्त ने जब वजीर आजम साहब दे हो तो अमेरिका गए ने अमेरिकन सदर की मिले क्या या किस का लाभ है नहीं, जदू ना वाह ना 5 अगस्त ना उत्थे तो थे नहीं होता इंटरनेशनल दौरे ऊपर दे, तो मसूद साहब फिर भी शिकवे कर रहे हैं कि साढ़े लीडर की नहीं कर रहे, तुस क्या समझने आज कबीर साहब वजीर आजम साहब तो खैर उठे चले गए बेरोनी मुल्क ज पता नहीं उठे कि गए अस समझ नहीं आनी चुके उसे कुछ जगह भी ऑफिशियली कोई मीटिंग तो इस तरह कर नहीं सकने चुके वो कोई रिकॉग्नाइज किसी स्टेट ने वजीर आजम तो थे नहीं, लेकिन इतने एक काबीना मौजूद थी पूरा पूरी एक हुकूमत मौजूद है इतने, बाकी वजीर आजम के अलावा वजरा दे असेंबली ने मैंबर है जेडे सड़ी एक नाम लिया असेंबली है उसने मेंबर थे, अच्छा उन्होंने अगे बहुत कारिंदे थे जो आम हालात लोगों को करने वोट इंदे है और वो बाकायदा सियासत में उस टाइम ठेकेदार होने एक पूरा जितना ये सारा सेटअप है इसी चा कोई बंदा तुसे इस टाइम कुतै नजरी नहीं आना या कुतै को बंद कमरे नहीं इन्हें नहीं कोई मीटिंग या इजलास सुने होंगे उन्हें वो भी आज सुनने होने के थोड़े बहुत उन्हें शायद वो बंद कमरे या आले अंदर कर रहे हैं, लेकिन ना तो वो आम पब्लिक एरिया है सीज फायर लाइन एरिया तो बिल्कुल किसी किस्म नहीं कोई ऐसी एक्टिविटी किसी हुकूमती कारिंदे
ਨਹੀਂ, ਵਜ਼ਰਾ ਬਹੁਤ ਦੂਰ ਨਹੀਂ ਗੱਲ ਦੀ, ਜਿਹੜੇ ਮੈਂਬਰ ਅਸੈਂਬਲੀ ਦੇ ਉਹਨਾਂ ਨੇ ਬਹੁਤ ਦੂਰ ਨਹੀਂ ਗੱਲ ਦੀ, ਕੋਈ ਬੰਦਾ ਉਸ ਏਰੀਏ 'ਚ ਨਹੀਂ ਗਸ਼ਣਾ। ਉਹ ਬਲਕਿ ਤੁਸੀਂ ਕਿ ਇੱਥੇ ਵੀ ਕੋਈ ਐਸਾ ਬੰਦਾ ਸਕੀਨੀ ਨਜ਼ਰੀ ਆਇਆ ਕਿ ਜਿਹੜਾ ਕਮ ਅਜ਼ ਕਮ ਮਕਬੂਜ਼ਾ ਜੰਮੂ ਕਸ਼ਮੀਰ ਨੇ ਜਿਹੜੀ ਬਰਬਰੀਅਤ ਹੈ ਉੱਥੇ ਭਾਰਤ ਨੇ ਉਸਨੇ ਖਿਲਾਫ਼ ਵੀ ਇੱਥੇ ਤੁਸੀਂ ਹਕੂਮਤ ਨਾ ਜਾਂ ਇਸ ਤਰ੍ਹਾਂ ਦੇ ਜਿਹੜੇ ਰਵਾਇਤੀ ਪਾਰਟੀਆਂ ਜਾਂ ਜਿਹੜੇ ਇਲੈਕਸ਼ਨ ਦਾ ਟਾਈਮ ਇਸ ਤਰ੍ਹਾਂ ਨਿਕਲੀ ਆਉਂਦੇ ਆ, ਔਰ ਉਹਨਾਂ ਨੇ ਅੱਗੇ ਵੋਟਰ ਔਰ ਕਾਰਿੰਦੇ ਵੀ ਇਸ ਤਰ੍ਹਾਂ ਨਿਕਲੀ ਆਉਂਦੇ ਕਿ ਇਨਕਲਾਬ ਆਉਣ ਵਾਲਾ ਇੱਥੇ ਸ਼ਾਇਦ ਕੋਈ ਉਹਨਾਂ ਕੀ ਦੇਖੀ ਦਾ ਲੱਗਣਾ। ਲੇਕਿਨ ਇਹ ਜੇ ਮੌਕੇ ਉੱਪਰ ਜਦੋਂ ਕਸ਼ਮੀਰੀ ਓਵਰਆਲ ਰਿਆਸਤ ਜੰਮੂ ਕਸ਼ਮੀਰ ਪੂਰੀ ਇੱਕ ਟਰਨਿੰਗ ਪੁਆਇੰਟ ਉੱਪਰ ਹੈ ਔਰ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸ਼ਿਕਾਰ ਹੈ, ਇਸ ਮੌਕੇ ਉੱਪਰ ਤੁਸੀਂ ਕਿ ਕੋਈ ਇਸ ਤਰ੍ਹਾਂ ਦਾ ਬੰਦਾ ਨਹੀਂ ਨਜ਼ਰੀ ਆਉਣਾ, ਤੇ ਇਹ ਸਭ ਤੋਂ ਜ਼ਿਆਦਾ ਤਸ਼ਵੀਸ਼ਨਾਕ ਗੱਲ ਦੀ ਔਰ ਇਹ ਲੋਕਾਂ ਦੀ ਸੋਚਣ ਦੀ ਜ਼ਰੂਰਤ ਸੀ ਕਿ ਕਿਉਂ ਇੰਨੇ ਲੋਕਾਂ ਪਿੱਛੇ ਤੁਸੀਂ ਉਸ ਦੌਰਾਨ ਹੀ ਗੰਨਾ, ਇਲੈਕਸ਼ਨ ਦੇ ਦੌਰਾਨ ਹੀ ਗੰਨਾ, ਔਰ ਅਗਰ ਗੰਨੇ ਹੋਈ ਗਿਆ ਤਾਂ ਤੁਸੀਂ ਆਈ ਉਹਨੇ ਕੀ ਕਿਉਂ ਨਾ ਪੁੱਛਣੇ, ਤੁਸੀਂ ਆਈ ਉਹਨੇ ਕੀ ਬੋਲਣੇ ਕੀ ਨਾ, ਔਰ ਇਹਨਾਂ ਕੋਲ ਸਵਾਲ ਕੀ ਨਾ ਉੱਠਣ ਲੱਗੇ। ਇਤਨੀ ਜ਼ਿਆਦਾ ਮੁਸ਼ਕਲਾਂ ਆਤੀਆਂ ਔਰ ਟਰਨਿੰਗ ਪੁਆਇੰਟ ਹੈ ਇਸ ਟਾਈਮ ਪੂਰੀ ਰਿਆਸਤ ਜੰਮੂ ਕਸ਼ਮੀਰ ਨਾਲ, ਜਦੋਂ ਹਿੰਦੁਸਤਾਨ ਇੱਕ ਪੂਰੇ ਇਲਾਕੇ ਉੱਪਰ ਕਬਜ਼ਾ ਕਰੀਆ, ਉਸ ਆਪਣਾ ਤਕਰੀਬਨ ਦੂਜੇ ਜਾ ਆ ਸਕਦੇ ਹਾਂ ਕਿ ਹਿੱਸਾ ਬਣਾਇਆ, ਜਦਕਿ ਆਸੇ ਗੱਲ ਆਉਣੇ ਰਿਹਾ ਹਮੇਸ਼ਾ ਇਹ ਹੁਕਮਰਾਨ ਵੀ ਆਉਣੇ ਰਹੇ ਕਿ ਇਹ ਨਾਕਾਬਲੇ ਤਕਸੀਮ ਵਾਦਤ ਹੈ ਰਿਆਸਤ ਜੰਮੂ ਕਸ਼ਮੀਰ, ਤੇ ਜਦੋਂ ਹਿੰਦੁਸਤਾਨ ਇਤਨੀ ਬੜੀ ਬਰਬਰੀਅਤ ਕਰੀ ਆ ਤਾਂ ਉਸਦੇ ਬਾਵਜੂਦ ਵੀ ਇੱਥੇ ਇਹ ਲੋਕ ਨੇ ਨਜ਼ਰੀ ਆਏ। ਜੀ ਅੱਛਾ, ਆਪਣਾ ਮਹਿਸੂਦ ਸਾਹਿਬ, ਤੁਸੀਂ ਕੀ ਕੋਈ ਐਸੀ ਇਤਲਾਹ ਮਿਲੀ ਹੋਇਆ ਕਿ ਚੁਕੇ ਤੁਸੀਂ ਜਿੱਥੇ ਗਿਆ ਹੋ ਹਲਕਾ ਦੋ ਪੁੰਛ ਆਉਣਾ ਗਾਲਿਬਾਨ, ਅਗਰ ਮੈਂ ਗਲਤ ਨਾ, ਇਸ ਕਿਆ ਉਸ ਹਲਕੇ ਦੇ ਜਿਹੜੇ MLA ਸਾਹਿਬ ਦੇ ਉਹ ਵੀ ਉਹਨੇ ਲੋਕੇ ਕੋਲ ਕੋਈ ਤਾਜ਼ੀਅਤ ਵਾਸਤੇ ਕੋਈ ਖੈਰੀਅਤ ਦਰਯਾਫਤ ਕਰਨ ਵਾਸਤੇ ਕਿਤਨੀ ਇੱਕ ਦਫਾ ਗਏ ਉੱਥੇ? ਹੋ ਸਰ, ਡਿਪਟੀ ਸਪੀਕਰ ਦਾ ਤੁਸੀਂ ਨਾ ਤਾਰਖਲ ਤੋਂ ਅਮਰ ਇਲਤਾਫ ਕੋਈ ਨਹੀਂ ਗਾ, ਗੁਲਾਮ ਸਾਦਿਕ ਸਾਹਿਬ ਦੇ ਕੋਈ ਨਹੀਂ ਗੇ, ਮਤਲਬ ਪਰਲੇ ਹਲਕੇ ਇੱਕ ਨੰਬਰ ਬਾਸਪੁਰੀ ਦੇ ਚੌਧਰੀ ਆਸੀਨ ਸਾਹਿਬ ਉਹ ਕੋਈ ਨਹੀਂ ਗੇ, ਜਿਹੜੇ ਤੁਸੀਂ ਨੇ ਮਾਨ ਕਸ਼ਮੀਰੀਆਂ ਨੇ ਰੀਪ੍ਰੈਜੈਂਟਰ ਬਣੇ ਨੇ ਫਿਰ ਉਹ ਪੀਪਲਸ ਪਾਰਟੀ ਵਾਲੇ KJ ਯੂਸਫ ਸਾਹਿਬ ਬਾਸਪੁਰ ਵਾਲਾ ਉਹ ਨਹੀਂ ਗਾ, ਅਮਜਦ ਯੂਸਫ ਉਹ ਇਸ ਵਕਤ ਤੱਕ ਉੱਥੇ ਨਹੀਂ ਗਾ। ਬਦਕਿਸਮਤੀ ਇਹ ਦੀ ਨਾ, ਬਦਕਿਸਮਤੀ ਇਹ ਦੀ ਕਿ ਜਿਹੜਾ ਵੀ ਕਸ਼ਮੀਰ ਹੁਕਮਰਾਨ ਦਾ ਜੋ ਇੱਥੇ ਨਾ 5 ਸਾਲ ਬਾਅਦ ਵੋਟ ਇੰਡੀਆ ਵੋਟ ਇੰਨੀ ਮੁੜੀ ਅਸੀਂ ਇਸਲਾਮਾਬਾਦ ਲੇਟੇ ਨੇ ਹੋ ਗਏ ਜਾਂ ਪ੍ਰਾਪਰਟੀ ਦਾ ਧੰਦਾ ਕਰਦੇ ਸੀਗੇ ਸਾਰੇ, ਠੀਕ ਹੈ ਨਾ, ਸਾਰੇ ਜਿੰਨੇ ਵੀ ਕਸ਼ਮੀਰ ਦੇ ਲੀਡਰਸ਼ਿਪ ਸੀ ਨਾ ਉਹ ਸਾਰੀ ਮਜ਼ੇ ਨਹੀਂ ਨਿਕਲਦੀ ਕਿ ਤੁਸੀਂ ਪਤਾ ਕਿ ਨਹੀਂ ਪਤਾ ਉਹ ਬਿਜ਼ਨਸ ਕਰ ਰਹੇ ਔਰ ਉਹ ਵੀ ਕਰ ਰਹੇ ਪ੍ਰਾਪਰਟੀ ਨਾਲ ਧੰਦਾ ਕਰ ਰਹੇ। ਅੱਛਾ, ਇਸ ਗੱਲਾਂ ਇੱਥੇ ਜਿਹੜੀਆਂ ਕੋਈ ਛੋਟੀਆਂ ਮੋਟੀਆਂ ਸਕੀਮਾਂ ਆਈਆਂ ਉਹ ਵੀ ਉਹ ਸਾਰਾ ਕਮਿਸ਼ਨ ਨੇ ਪਿੰਡੀ ਬੈਠੇ ਨੇ ਕਮਿਸ਼ਨ ਨੇ ਉਹਨੇ ਸਾਰੇ ਵਾਸਤੇ ਆਸਾਂ ਹੋਣੀਆਂ ਹੁੰਦੀਆਂ ਕਿ ਉੱਥੇ ਕਸ਼ਮੀਰ ਕੌਂਸਲ ਵੀ ਦੀ ਨਹੀਂ ਤੇ ਇਹ ਸਾਰੇ ਮਿਲ ਮੁਲ ਕੇ ਅਬ ਕਹਿਣਾ ਦਾ ਮਤਲਬ ਇਹ ਹੁੰਦਾ ਕਿ ਇਹ ਜਿਹੜਾ ਸਾਰਾ ਜੁਰਮ ਡਿਵੈਲਪ ਆ ਨਾ, ਇਹ ਸਾਰਾ ਸਰਮਾਇਆ ਜਿਹੜਾ ਜੁਰਮ ਦਾ ਨਾ, ਇਹ ਸਰਮਾਇਆ ਜੁਰਮ ਨਹੀਂ ਜਿਹੜੀ ਅਵਸਥਾ ਨਾ, ਇਹ ਮਸਲ ਤੁਸੀਂ ਕੁਛ ਨੇ ਇਹ ਜਿਹੜੇ 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 ਕਸ਼ਮੀਰੀਆਂ ਨੇ ਦੁੱਖ ਦਰਦ ਰੋਣੇ ਨਾ, ਇਸਨੇ ਵੀ ਕੁਤਾ ਨਾ ਕੁਤਾ ਸੁਦਾ ਕਰ ਰਹੇ ਹੋਲੇ, ਕੁਤਾ ਨਾ ਕੁਤਾ ਪੈਸੇ ਇੰਨੇ ਹੋਲੇ, ਕੁਤਾ ਨਾ ਕੁਤਾ ਇਹਨਾਂ ਨਾ ਇਸ ਉੱਪਰ ਰਿਲੀਫ ਇੰਨੇ ਹੋਲੇ। ਵੱਲਾ ਮੈਂ ਤੁਸੀਂ ਦੱਸਾਂ ਕਿ ਫਰਜ਼ੀ ਦਾ ਕਿਤਨੀ NGO ਦੀਆਂ ਕਸ਼ਮੀਰ ਗਈਆਂ, ਕਿਤਨਾ ਕਸ਼ਮੀਰ ਕਮਿਊਨਿਟੀ ਬਾਹਰ ਦੀ ਕਿਤਨੀ ਆਪਣੀ ਐਡਵਰਟਾਈਜਮੈਂਟ ਉੱਪਰ, ਮਸਲ ਇਹ ਮੀਰਪੁਰ ਨੇ ਜਿੰਨੇ ਵੀ ਸਾਰੇ UK ਅੰਦਰ ਬੈਠੇ ਰਹਿੰਦੇ ਇਹ ਕਿਤਨੀ ਪੈਸੇ ਲਾਉਣੇ ਇੰਨੇ ਹੁਕਮਰਾਨ ਕਲਾਸ ਉੱਪਰ ਉੱਥੇ UK ਅੰਦਰ ਤੁਸੀਂ ਨੇ ਮੌਜੂਦ ਜੀ, ਇਹ ਕਿਤਨੇ ਕਿ ਆਪਣੀ ਐਡਵਰਟਾਈਜ ਪਰਸਨਲ ਮਾਰਕੀਟਿੰਗ ਦੀ ਨੀ, ਇੰਨੇ ਜਿਹੜੇ ਤਸਵੀਰਾਂ ਬਣਾ ਰਹੇ ਨੇ ਜੀ ਪੈਸੇ ਦੀ ਨੇ, ਮਤਲਬ ਡਾਲਰ ਦੀ ਨੇ ਫਰਜ਼ ਕੋਈ $100 ਗਿਆ ਜੀ, ਤੁਸੀਂ ਸਦਰ ਸਾਹਿਬ ਕੋਲ ਤਸਵੀਰ ਬਣਾਇਆ, ਵਜ਼ੀਰ ਆਜ਼ਮ ਸਾਹਿਬ ਕੋਲ ਤਸਵੀਰ ਬਣਾ, ਮਤਲਬ ਇਹ ਇਤਨੀ ਬੜੀ ਆਬਾਦੀ ਅਗਰ UK ਅੰਦਰ ਬੈਠੀ ਨੀ ਤੇ ਅਗਰ ਉਹ ਗਰਾਊਂਡ ਨੀ ਜਿਹੜੀ ਸੂਰਤ ਹਾਲ ਦੀ ਕਸ਼ਮੀਰੀ ਨੀ, ਅਗਰ ਯੋ ਲੋਕ ਕਿ ਉਹਨੇ ਉਸ ਗੱਲਾਂ ਕਰਨੇ ਅਵੇਅਰ ਵੈਨ ਨਾ, ਤੇ ਯੋ ਕਮ ਸੇ ਕਮ ਇੰਨੇ ਕੋਲ ਉੱਥੇ ਤਾਂ ਪੁੱਛਣ ਕਿ ਬਈ ਤੁਸੀਂ ਉੱਥੇ ਕਿਆ ਕਰ ਰਿਹਾ, ਉੱਥੇ ਲੋਕ ਸਾਰੇ ਮਰ ਰਹੇ ਹੈ, ਭੁੱਖੇ ਨੇ ਮਰ ਰਹੇ ਹੈ, ਬੱਚੇ ਅਨਪੜ੍ਹ ਦੇ, ਪੋਵਰਟੀ ਸਿਚੁਏਸ਼ਨ ਦਿਨ ਬ ਦਿਨ ਲੋਕ ਗੁਣ ਗਿਰਾ ਲੱਗੇ ਨੇ, ਦੇ ਹਸਪਤਾਲ ਨੀ, ਦਵਾਈ ਨੀ, ਮਤਲਬ ਦੁਨੀਆਂ ਦੀ ਕੋਈ ਗੱਲ ਨੀ, ਤੁਸੀਂ ਤੇ ਅਯਾਸ਼ੀ ਤੇ ਤੁਸੀਂ ਤੇ ਮਤਲਬ ਇੱਕ ਗੱਲ ਮੈਂ ਦੱਸਾਂ, ਪਰ ਜੋ ਹੁਕਮਰਾਨ ਆਜ਼ਾਦ ਕਸ਼ਮੀਰ ਜਿਹੜਾ ਵੀ ਸਿਟਿੰਗ ਹੁਕਮਰਾਨ ਦਾ ਉਸ ਕੋਲ ਕਿਆ ਮੈਂਡੇਟ ਦਾ ਕਸ਼ਮੀਰੀ ਆਵਾਜ਼ ਬੁਲੰਦ ਕੀਤੇ ਵਾਸਤੇ, ਕਿਉਂਕਿ ਇੰਨੇ ਕੰਡੀਸ਼ਨਲ ਜਿਹੜੀ ਇਸਲਾਮਾਬਾਦ ਦਾ ਉਹਨੇ ਕੀ ਇਜਾਜ਼ਤ ਕਿਉਂ ਨਹੀਂ ਦੇਣਾ ਕਿ ਤੁਸੀਂ ਉਸ ਜਗ੍ਹਾ ਉੱਪਰ ਕਸ਼ਮੀਰ ਦਾ ਇਸ਼ੂ ਡਿਸਕਸ ਕਰੀ ਛੋੜਾ, ਤੇ ਫਿਰ ਆਇਆ ਜਿਹੜਾ ਕਸ਼ਮੀਰ ਕੌਮੀ ਵਸਾਇਲ ਦੀ ਜਿਹੜੀ ਦੌਲਤ ਸੀ ਉਸ ਉੱਪਰ ਬੇਰੂਨੀ ਦੋਹਰੇ ਕਿਉਂ ਕਰ, ਜਿਹੜਾ ਇੱਕ ਐਂਬੂਲੈਂਸ 33 ਨੋਟਰੀ ਦੇ ਸਕਣਾ ਉਸ ਵਜ਼ੀਰ ਆਜ਼ਮ ਕੇ ਉਸ ਸਦਰ ਕੇ ਸ਼ੂਕੇ ਅੰਦਰ ਗੱਛੇ ਨੀ, ਟੁੱਕੜ ਹੀ ਬਣੀ ਦੀ ਕਸ਼ਮੀਰੀ ਸ਼ੂ ਉੱਪਰ, ਪਰ ਕਿਉਂ ਹੋ ਗਿਆ ਨਾ ਦਫਾ ਜੇ ਉੱਥੇ ਜਿਹੜੇ ਕਸ਼ਮੀਰੀ ਦਾ ਜਿਹੜਾ ਬਹੁਤ ਜ਼ਿਆਦਾ ਰੋੜਾ ਨਾਰੇ ਲਾਉਣਾ, ਜਿਹੜਾ ਕਸ਼ਮੀਰੀ ਆਜ਼ਾਦੀ 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 ਪਤਾ ਹੈ ਨਾ ਸਮੇਂ ਕਿ ਕਿਹੜੀ ਆਜ਼ਾਦੀ, ਮਤਲਬ ਉਸ ਆਜ਼ਾਦੀ ਦੀ ਵਜ਼ਾਹਤ ਕਰਨਗੇ ਕਿ ਕਿਹੜੀ ਆਜ਼ਾਦੀ ਮੰਗਣੀ ਆ ਸਰ, ਤੇ ਉਹ ਆਜ਼ਾਦੀ ਤੁਸੀਂ ਕੀ ਨਹੀਂ ਦੇਣੇ ਚਾਹੁੰਦੇ ਨਾ ਜੀ, ਉਹ ਤੁਸੀਂ ਕੀ ਇੰਡੀਆ ਕੋਲ ਆਜ਼ਾਦ ਕਰਾਈ ਤੇ
जाहिर है एक बड़ी एटॉमिक न्यूक्लियर पावर दी पाकिस्तान, वो तुसे की बनाने चाहने पाकिस्तानी। जब तक मैं तुझे दस्या ना कि कश्मीर ऊपर जेड़ा भी कोई फार्मूला मसलत हो सही आ हो से ना दिया। मैं रियली गल दसना सा, कल का पता तुस ना हो लिया, मैं ना हो सा, कुन ना हो सी, जिंदगी मौत अल्लाह ने इख्तियार होनी थी, लेकिन खौफ है ना दिया। बुन्ना लोके कने मिली, बुढ़िया कने मिली, बच्चे कने मिली, और उन्हें अंदर जितनी तेजी कने नफरत परवान चढ़ा लगी नहीं थी इस मजमुई हुक्मरान क्लास ने खिलाफ, और इन जो बोंगियां दी और जड़ियां आनियां जानियां दी और जड़ियां अयाशियां दी और जड़ी लुट मार दी और जड़ी बदजबानी दी जड़ियां झूठ फराड दे, सही है ना, इस उपर जड़ा हुन लावा पक्का लगा ना, जो लावा भर रहे सगीर ने मजमुई इंसान वास्तै नुकसान देदा, जो कश्मीर जड़ा ना मतलब पूरा भर रहे सगीर एटमी आखी सकते कि के आखिर मसल ऐसी ऐसी जड़ी चीज बनाई रखी गई है ना इसके कि जो इसी वजह कने कोई है सेव नहीं होने लगा। अगर इन्हें हुक्मरान क्लास है अगर बुन तवज्जो ना दी पब्लिक ने राय ना एहतराम ना कितनी लोगों जो छोटी मोटी जरूरत दी जो लोग सफर किया लगे ने उन्हें उपर तवज्जो ना दी तो इतना नहीं सूरत हाल इतनी अच्छी नहीं होने लगी। ये याद रखा यो सारे यो मतलब तुसने जरिया मैं इन्हें तक एक मैसेज पहुंचाना है कि सारी जज्बाती कैफियत इस गल अपनी जगह हो सकती है कि अस परसनली लोगों मिल लिया बॉर्डर उपर गए ने उन्होंने दुख दर्द शेयर कर रहे हैं और उसी वजह कने असे उपर असरात मरतब होने और अस इन्हें कने भी ये गुजारिश कर रहे हैं इन्हें कने कन्वे कर रहे हैं कि बुनी जी सूरत हाल बड़ा लगी नहीं है कोई इतनी अच्छी नहीं है और ये नुकसान दे दिया तुझे सारे वास्ते। मैं तो समझ रहे क्योंकि यो फिल्म सड़ा जो ख्याल था कि यो इतनी देर चलने नहीं लगी जिस तरह जो चलाने चले से ना उपरा उपरा जो उन्होंने इतनी उपरा चलने नहीं लगी जब तक बुन्ना लोके नहीं गल ना बुझी जासी, बुन्ना लोके नहीं मजबूरी है महरूमी है दुख है ना इन दिया जासी उसकी ना रिलीफ दिता जासी खास करी इस हवाले कने भी के त्रै तारीख की इथे बरतानिया बरतानवी पार्लियामेंट स्क्वायर टू भारतीय एम्बेसी तक एक आजादी मार्च ना भी ऐलान हुआ बरतानवी कश्मीरिये ना मार्च का उसकी भी मद्देनजर रखी तो तुसे अपने बैरूने मुल्क रहने वाले कश्मीरियों की क्या पैगाम देने चाहिए। कश्मीर ये इस 70 साल से जिड़ी जिस कैफियत से कश्मीरी गुजरे है ना कश्मीरियों के दो टोक मौकफ अपनाना पैसे जिस तरह मसलन में तुसे वकला बार रावला कोर्ट ने तुसे की सर्वे पब्लिश किया बहुत पजीराई थी उस सर्वे की सारे लोग की इग्नोर किया जाना सारे जो वकला दे जो साफी दे जो सियासतदान दा उसकी बिल्कुल जो ना इग्नोर किया जाना था कश्मीरी कने सारे जो अपील थी जरा यूके च रहना था जरा मजहब दुनिया कने मिलना उठना बहना जुलना टुलना और उइया मजहब दुनिया डिसीजन अथॉरिटीज दिया इस दुनिया अंदर थर्ड वर्ल्ड में हुक्मरान क्लास नहीं कोई मतलब किसी जगह पर कोई उस तरह नहीं क्योंकि इतना ने जो हुक्मरान क्लास था वो 100% फॉलोवर्स था कश्मीरी इतमाद कर मसलन ट्रंप पर से तंज कर रहा कश्मीरी के लखे इंसान जो ना बेरूनी हुक्मरान चाहे इसी जब अगर कश्मीरी नतीजा नहीं कर रहे कश्मीरी जब तक कोलेक्टिवली अपना वाजे आजादी नो दो टोक पैगाम ने जिस तरह रावला कोट मुकला बार नो दो टोक पैगाम दा के पहले डी मिलिटरलाइज किया जाए इस खिते की दो मुल्क रजाकाराना तौर पर और बैन अक्वामी इदारे ने वाया मसलन अमन फौज भी सकनी मसलन सलामती कौंसल बना अक्वामी मुतिदा उसे बड़ी अथॉरिटी ने जेरे तमाम कश्मीर अंदर रायशुमारी करवा जाए और उसने नतीजे फैसला किया जाए और उसने बुनियाद उपरी है फ्यूचर ना फ्यूचर फ्यूचर ना तय किया जाए कि सारा मुस्तकबिल कदा भरे सगीर अंदर अगर वो चाहे लेकिन मैं लगना कि जो हुक्मरान क्लास भरे सगीर अंदर अमन चाहनी है नहीं मसला कश्मीरी ने भी नहीं बैन अक्वामी जी असला साज कंपनियों का उन्होंने बिजनेस उन्होंने धंधे और हुक्मरान क्लास ने कमीशन ने भी मसला था इतने और बहुत सारे सी पैक ने भी इशू जुड़ने दे एक मतलब इकोनॉमिक्स पहलू कने असर कुता इस उपर डिस्कस कर रहे हैं लेकिन माड़ी दर्द मंदा अपील दी जरा कि मैं बॉर्डर उपर देखी है जरा कि एजाज खान देखी है जरा कि दीगर साफी सारे दोस्त देखे है जरा कि अमनवीर देखी है जरा कि सलीम साफी मुजफ्फराबाद देखी अच्छी उन्हें आर्टिकल लिखा और इया डिमांड किया लगे ने जरा कि उड़न दी राय लिखनी थी पार जे कि बेशुमार लोग जेडे
ਜ਼ਿਆਦਾਤਰ ਰਾਏ ਦਿੱਤਾ ਲਗੇ ਨੇ ਕਿ ਕਸ਼ਮੀਰੀ ਆਪਣੇ ਆਪਣੇ ਮਸਲੇ ਨੀ ਨੀ ਟੋਟੋ ਪੋਜੀਸ਼ਨ ਮੁਸ਼ਤਰਕਾ ਪੋਜੀਸ਼ਨ ਨਾ ਇੰਦੇ ਬਰੇ ਸਗੀਰ ਅੰਦਰ ਅਮਨ ਨਹੀਂ ਹੋਣ ਲਗਾ ਔਰ ਇਨੇ ਕੀ ਆਜ਼ਾਦੀ ਵੀ ਨਹੀਂ ਲੱਭਣ ਲੱਗੀ ਜੋ ਯਾਦ ਰੱਖਿਆ ਕਿ ਇਸੇ ਤਰ੍ਹਾਂ ਨਸਲ ਦਰ ਨਸਲ ਸਫ਼ਰ ਹੀ ਹੋ ਲੇ ਜੀ ਜੀ ਸਿਦਾਰ ਇਜਾਜ਼ ਸਾਹਿਬ ਤੁਸ ਬਰਤਾਨੀਆ ਯੂਰੋਪੀ ਬਸਣੇ ਵਾਲੇ ਓਵਰਸੀਜ਼ ਬਸਣੇ ਵਾਲੇ ਕਸ਼ਮੀਰੀ ਕੀ ਕਿਆ ਆਖਨੇ ਚਾਲਿਆ ਖਾਸ ਕਰੀ ਇਸ ਮਾਰਚ ਨੇ ਹਵਾਲੇ ਕਰਨੇ ਵੀ ਜਿਹੜਾ ਕਿ 3 ਸਪਤੰਬਰ ਕੀ ਲੰਡਨ ਵਿੱਚ ਹੋ ਰਿਹਾ ਔਰ ਯਕੀਨਨ ਇੱਕ ਬਹੁਤ ਬੜਾ ਮਾਰਚ ਹੋ ਰਿਹਾ ਬ੍ਰਿਟਿਸ਼ ਕਸ਼ਮੀਰੀਆਂ ਦੀ ਤਰਫਾ ਆਜ਼ਾਦੀ ਮਾਰਚ ਨਾਲ ਇਸ ਕੀ ਨਾਂ ਦਿੱਤਾ ਗਿਆ ਬ੍ਰਿਟਿਸ਼ ਪਾਰਲੀਮੈਂਟ ਕੋਲਾ ਜੋ ਸ਼ੁਰੂ ਹੋ ਸੀ ਔਰ ਇੰਡੀਅਨ ਐਮਬੈਸੀ ਉੱਪਰ ਗੱਚੀ ਮਜ਼ਾਹਰਾ ਹੋ ਸੀ ਉੱਥੇ ਖਤਮ ਹੋ ਸੀ ਇਸ ਕੀ ਸਾਹਮਣੇ ਰੱਖੀ ਤੇ ਤੁਸ ਬਰਤਾਨਵੀ ਕਸ਼ਮੀਰੀਆਂ ਕੀ ਔਰ ਓਵਰਆਲ ਓਵਰਸੀਜ਼ ਕਸ਼ਮੀਰੀਆਂ ਕੀ ਕਿਆ ਆਖਣਾ ਚਾਹੁੰਦੇ ਆ ਕਬੀਰ ਸਾਹਿਬ ਮੈਂ ਸਮਝਣਾ ਸਿੱਖਿਆ ਜਿਹੜੀ ਗੱਲ ਮਹਿਸੂਸ ਸਾਹਿਬ ਆਈ ਕਿ ਦੋ ਟੋਕ ਮੌਕਫ ਇਖਤਿਆਰ ਕਰਨਾ ਪਿਆ ਸੀ ਔਰ ਮੈਂ ਰਿਆਸਤ ਜੰਮੂ ਕਸ਼ਮੀਰ ਨੇ ਜਿਹੜੇ ਲੋਕ ਹਨ ਦੁਨੀਆਂ ਬਹਿਰੇ ਜਿੱਥੇ ਵੀ ਵਸਨੇ ਮੈਂ ਉਹਨਾਂ ਕੰਨੇ ਰਿਕੁਐਸਟ ਕਰਸਾਂ ਕਿ ਦੁਨੀਆਂ ਕੀ ਕੰਫਿਊਜ਼ ਮਤ ਕਰੋ ਇਹ ਜਿਹੜਾ ਮਸਲਾ ਸਾਡਾ ਇੱਥੇ ਤੱਕ ਪਹੁੰਚਿਆ ਇਸ ਹਾਲਤ ਤੱਕ ਪਹੁੰਚਾਣਾ ਇਹ ਬੇਸਿਕਲੀ ਜਿਹੜੇ ਲੋਕ ਕਨਫਿਊਜ਼ ਕਰ ਰਹੇ ਦੁਨੀਆਂ ਕੀ ਔਰ ਅਲੱਗ ਅਲੱਗ ਕਿਸਮ ਨੇ ਜਿਹੜੇ ਮੌਕਫ ਜਾਣੇ ਦੁਨੀਆਂ ਤੱਕ ਉਹ ਜ਼ਿਆਦਾ ਸਾਡੇ ਇਸ ਪ੍ਰੋਬਲਮ ਨਾਲ ਬਾਇਸ ਬਣਤੇ ਪਰੇਸ਼ਾਨੀ ਨਾਲ ਬਾਇਸ ਬਣਤੇ ਔਰ ਅਗਰ ਸੋਲੂਸ਼ਨ ਇਸ ਨਾਲ ਜਿਹੜਾ ਕਸ਼ਮੀਰੀ ਆਵਾਮ ਕਰਨਾ ਚਾਹੀਦਾ ਰਿਆਸਤ ਜੰਮੂ ਕਸ਼ਮੀਰ ਨੇ ਜਿਹੜੇ ਆਵਾਮ ਦੇ ਉਹਨਾਂ ਇਸ ਨਾਲ ਕਰਨਾ ਚਾਹੀਦਾ ਕਰਨਾ ਵੀ ਉਹਨੇ ਆਦਾ ਔਰ ਰਾਇਸ਼ਮਾਰੀ ਵੀ ਹੋਣੀ ਚਾਹੀਦੀ ਜ਼ਰੂਰ ਲੇਕਿਨ ਮੌਕਫ ਦੋ ਟੋਕ ਜਾਣਾ ਚਾਹੀਦਾ ਦੁਨੀਆਂ ਉੱਪਰ ਦੇਖੋ ਅਗਰ ਕੋਈ ਕੁਛ ਬਣਾਉਣਾ ਚਾਹੁੰਦਾ ਕੋਈ ਹਿੰਦੁਸਤਾਨ ਬਣਾਉਣਾ ਚਾਹੁੰਦਾ ਜਾਂ ਕੋਈ ਪਾਕਿਸਤਾਨ ਬਣਾਉਣਾ ਚਾਹੁੰਦਾ ਜਾਂ ਕੋਈ ਖੁਦ ਮੁਖਤਾਰ ਬਣਾਉਣਾ ਚਾਹੁੰਦਾ ਤਾਂ ਫਿਰ ਇਸ ਤਰ੍ਹਾਂ ਇਹ ਉਹਨਾਂ ਨੇ ਲਗਾਇਆ ਇਹ ਮਸਲਾ ਇਸ ਉੱਪਰ ਦੁਨੀਆਂ ਤਵੱਜੋ ਦੇਣੇ ਨਹੀਂ ਲੱਗੀ ਔਰ ਸਾਡੇ ਜਿਹੜੇ ਲੋਕ ਬਾਹਰ ਬਸਨੇ ਉਹਨਾਂ ਕੀ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਸ ਨਾਲ ਕਾਬਲੇ ਅਮਲ ਹਲਕਾ ਵਾ ਦੇਖੋ ਅਗਰ ਲੋਕ ਆਖਣੇ ਕਿ ਪਾਕਿਸਤਾਨ ਬਣਨ ਲੱਗ ਜਾਣਾ ਤਾਂ ਹਿੰਦੁਸਤਾਨ ਨਹੀਂ ਗਿਣ ਲਗਾ ਆਪਣਾ ਉਸ ਜਿਹੜਾ ਏਰੀਆ ਉਸ ਕੋਲ ਦਾ ਔਰ ਅਗਰ ਕੋਈ ਲੋਕ ਆਖਣੇ ਕਿ ਹਿੰਦੁਸਤਾਨ ਬਣਨਾ ਚਾਹੀਦਾ ਤਾਂ ਜਿਹੜਾ ਪਾਕਿਸਤਾਨ ਕੋਲ ਏਰੀਆ ਦਾ ਉਹ ਹਿੰਦੁਸਤਾਨ ਨਹੀਂ ਨਹੀਂ ਸਕਣ ਲਗਾ ਲਿਹਾਜ਼ਾ ਰਿਆਸਤ ਜੰਮੂ ਕਸ਼ਮੀਰ ਨੇ ਲੋਕ ਇਹ ਸੋਚਣਾ ਕਿ ਅਸੀਂ ਇੱਕ ਮੌਕਫ ਅਪਣਾਉਣਾ ਦੋ ਟੋਕ ਮੌਕਫ ਅਪਣਾਉਣਾ ਤਾਂ ਇਸ ਰਿਆਸਤ ਦਾ ਮਸਲਾ ਹੱਲ ਹੋ ਸੀ ਅਦਰਵਾਈਜ਼ ਇਹ ਰਿਆਸਤ ਤਕਸੀਮ ਹੋ ਸੀ ਦੂਜੀ ਸੂਰਤ ਵਿੱਚ ਅਗਰ ਸਾਡੇ ਮੌਕਫ ਅਲੱਗ ਅਲੱਗ ਰਹਿ ਲਏ ਤਾਂ ਰਿਆਸਤ ਜੰਮੂ ਕਸ਼ਮੀਰ ਤਕਸੀਮ ਹੋਈ ਸੀ ਟੁਕੜਿਆਂ ਚ ਫਿਰ ਉਹ ਕੋਈ ਗੁਜਰਾਂ ਵਾਲਾ ਨੇ ਐਸਾ ਬਣ ਸੀ ਜਿਸ ਤਰ੍ਹਾਂ ਉੱਥੇ ਵੀ ਤਾਜਰਾਨ ਕੋਈ ਸ਼ਾਇਦ ਸਾਰੇ ਲੋਕੇ ਦੇਖਿਆ ਹੋਇਆ ਕਿ ਬੈਨਰ ਲਾਣਾ ਵਾ ਸਾ ਕਿ ਕਸ਼ਮੀਰ ਸਾਡਾ ਹਿੱਸਾ ਦਾ ਕੋਈ ਕੇਪੀ ਨਾ ਹਿੱਸਾ ਬਣੀ ਸੀ ਜ਼ਿਲ੍ਹੇ ਬਣੀ ਗਿਆ ਕੋਈ ਕਿਸੇ ਨਾ ਹਿੱਸਾ ਬਣੀ ਸੀ ਕੋਈ ਕਿਸੇ ਨਾ ਹਿੱਸਾ ਬਣੀ ਸੀ ਉਧਰ ਹਿੰਦੁਸਤਾਨ ਵਿੱਚ ਉਹ ਜਿਹੜੇ ਇਲਾਕੇ ਦੇ ਨਜ਼ਦੀਕ ਤਰੀਨ ਉਹਨਾਂ ਨੇ ਇਸੇ ਬਣੀ ਹੋਈ ਸੀ ਫਿਰ ਰਿਆਸਤ ਜੰਮੂ ਕਸ਼ਮੀਰ ਰਿਆਸਤ ਜੰਮੂ ਕਸ਼ਮੀਰ ਨਹੀਂ ਰਹਿਣ ਲੱਗੀ ਔਰ ਸ਼ਨਾਖਤ ਉੱਪਰ ਮੇਰਾ ਖਿਆਲ ਹੈ ਕਿ ਰਿਆਸਤ ਜੰਮੂ ਕਸ਼ਮੀਰ ਨੇ ਲੋਕਾਂ ਕੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਇਸ ਉੱਪਰ ਫੋਕਸ ਕਰਨਾ ਚਾਹੀਦਾ ਕਿ ਕਿਸੇ ਇੱਕ ਪੁਆਇੰਟ ਉੱਪਰ ਇਹ ਸਾਰੇ ਲੋਕ ਇਕੱਠੇ ਹੋਏ ਐਗਜ਼ਬੋਨ ਹੋਈ ਤਾਂ ਅਗਰ ਗੱਲ ਕਰ ਲਏ ਦੁਨੀਆਂ ਕੇ ਮੈਸੇਜ ਦੇ ਲਈ ਤਾਂ ਦੁਨੀਆਂ ਉਸ ਉੱਪਰ ਤਵੱਜੋ ਦੇ ਸੀ ਅਦਰਵਾਈਜ਼ ਦੁਨੀਆਂ ਤਵੱਜੋ ਨਹੀਂ ਦੇਣ ਲੱਗੀ ਜੀ ਜੀ ਤੁਸੀਂ ਦਾਇਆ ਵਾਪਨਾ ਜਨਾਬ ਸਿਰਦਾਰ ਮਹਿਸੂਦ ਦੇ ਹਨੀਫ ਸਾਹਿਬ ਔਰ ਸਿਰਦਾਰ ਇਜਾਜ਼ ਖਾਨ ਸਾਹਿਬ ਤੁਸੀਂ ਦਾਇਆ ਨਾਲ ਬਹੁਤ ਬਹੁਤ ਸ਼ੁਕਰੀਆ ਕਿ ਅੱਜ ਨੇ ਪ੍ਰੋਗਰਾਮ ਹੀ ਤੁਸੀਂ ਆਪਣਾ ਆਂਖੋਂ ਦੇਖਾ ਹਾਲ ਜਿਹੜਾ ਕਿ ਤੁਸੀਂ ਆਪ ਹੀ ਦੇਖਿਆ ਉਹ ਅਸੀਂ ਨੇ ਨਾਜ਼ਰੀਨ ਤੱਕ ਪਹੁੰਚਾਇਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਨਾਜ਼ਰੀਨ ਅੱਜ ਤੁਸੀਂ ਅਸੀਂ ਨੇ ਦਾ ਮਹਿਮਾਨੇ ਕੀ ਸੁਣਿਆ ਜਿਹੜੇ ਕਿ ਜਨਾਬ ਸਿਰਦਾਰ ਮਹਿਸੂਦ ਹਨੀਫ ਸਾਹਿਬ ਔਰ ਜਨਾਬ ਸਿਰਦਾਰ ਇਜਾਜ਼ ਖਾਨ ਸਾਹਿਬ ਅਸੀਂ ਕਹਿੰਦੇ ਜੁੜੇ ਨੇ ਰਾਵਲਾ ਕੋਟ ਤੋਂ ਤੁਸੀਂ ਅੱਜ ਦੇਖਿਆ ਕਿ ਅਜੀਰਾ ਬਾਸਪੁਰ 33 ਨੋਟ ਸਾਈਡ ਜਿਹੜਾ ਕਿ ਉਹ ਸੀਜ਼ ਫਾਇਰ ਨਾਲ ਇਲਾਕਾ ਦਾ ਇਸ ਮਨੂਸ ਖੂਨੀ ਲਕੀਰ ਜਿੱਥੇ ਅਸੀਂ ਕਿ ਵੰਡਿਆ ਨਾ ਉਤਨਾ ਇਹਨੇ ਦੌਰਾ ਕੀਤਾ ਤਾਂ ਉੱਥੇ ਲੋਕ ਕਿਆ ਆਖਣੇ ਸਾਡੀਆਂ ਮਾਵਰੀ ਕਿਆ ਆਖਣੀਆਂ ਉਹਨੇ ਬੱਚਿਆਂ ਦੀ ਕਿਆ ਹਾਲਤ ਦੀ ਉਹ ਸਾਰਾ ਉਹਨੇ ਨਾ ਰੂਣਾ ਇਹ ਆਪਣੇ ਮੂੰਹ ਕੰਨੇ ਰੂਨੇ ਸੇ ਇਸ ਨਾਲ ਅਸੇ ਉੱਪਰ ਕਹਿ ਅਸਰ ਪੈਣਾ ਤਾਂ ਅਸ ਉਹਨੇ ਲੋਕੀ ਕਿਆ ਕਹਿ ਕਰੀ ਸਕਦੇ ਹਾਂ ਇਹ ਤੇ ਆਉਣ ਵਾਲਾ ਵਕਤ ਦੱਸ ਸੀ ਜਾਂ ਫਿਰ ਇਹ ਹੀ ਹੋ ਸੀ ਕਿ ਸਿਰਫ ਪ੍ਰੋਗਰਾਮ ਹੀ ਬੁੱਝੀ ਛੋੜਨੇ ਆ ਤੇ ਉਸ ਦੀ ਬਾਅਦ ਬਸ ਆਈ ਗਈ ਕਰੀ ਛੋੜਨੇ ਆ ਇਹ ਵੀ ਨਹੀਂ ਹੋਣਾ ਚੁੱਕੇ ਜੇਕੇ ਟੀਵੀ ਹੈ ਤੁਸੀਂ ਤਾਂ ਕਿ ਪੈਗਾਮ ਇਸ ਗੱਲ ਆਪਾਂ ਚ ਨਾ ਕਿ ਇਤਨੇ ਲੋਕੇ ਕੀ ਉਤਨਾ ਹੀ ਨਹੀਂ ਤੇ ਤੁਸੀਂ ਤਾਂ ਕਹਿੰਦੇ ਆ ਕਿ ਅਸ ਜਿਹੜੇ ਬਾਹਰ ਬੈਠੇ ਨੇ ਲੋਕ ਦੇ ਉਹ ਆਪਣੇ ਉਹਨੇ ਪੈਰ ਨਹੀਂ ਪਰਾ ਰਹੇ ਕਿਆ ਕੀ ਕਰੀ ਸਕਨੇ ਜਾਂ ਨਹੀਂ ਬਾਕੀ ਜਿੱਥੇ ਤੱਕ ਤਾਲੁਕ ਦਾ ਕਿ ਟਰੱਕ ਐਂਡ ਟਰੱਕ ਉੱਥੇ ਝੰਡਿਆਂ ਨੇ ਜਾ ਰਹੇ ਨੇ ਇਸ ਵਕਤ ਜਿਹੜੀਆਂ ਇਤਲਾਤ ਮਿਲਣੀਆਂ ਕਿ ਉੱਥੇ 6 ਸਤੰਬਰ ਕੀ ਹਰ ਤਰਫ ਸਬਜ਼ ਹਲਾਲੀ ਪਰਚਮ ਲਹਰਾਇਆ ਜਾ ਸੀ ਪਾਕਿਸਤਾਨੀਆਂ ਤਰਫਾ ਵੀ ਇਹ ਵੀ ਆਖਿਆ ਜਾ ਰਿਹਾ ਕਿ ਅਗਰ ਇਧਰ ਅਟੈਕ ਹੋ ਸੀ ਆਜ਼ਾਦ ਕਸ਼ਮੀਰ ਉੱਪਰ ਤਾਂ ਅਸਾਂ ਇੰਟਰਾਂ ਜਵਾਬ ਪੱਥਰ ਕਰਨੇ ਦੇਣੇ ਆ ਤੇ ਜਿਹੜੀ ਗੱਲ ਆਖਰ ਉੱਪਰ ਆਖੀ ਜਨਾਬ ਸਿਰਦਾਰ ਇਜਾਜ਼ ਸਾਹਿਬ ਕਿ ਅਗਰ ਇੱਕ ਜ਼ਬਾਨ ਨਾ ਹੋਇਆ ਇੱਕ ਆਵਾਜ਼ ਨਾ ਹੋਇਆ ਤੇ ਤੁਸੀਂ ਨਾ ਵਤਨ ਤਕਸੀਮ ਹੋਈ ਗਈ ਸੀ ਤੁਸੀਂ ਨੀ ਕੋਈ ਪਹਿਚਾਣ ਨਹੀਂ ਰਹਿਣ ਲੱਗੀ ਕਿਉਂਕਿ ਜਦੋਂ ਤੁਸੀਂ ਉਹ ਚੀਜ਼ ਹੀ ਹੈ ਤੁਸੀਂ ਕੋਲ ਨਹੀਂ ਰਹਿਣ ਲੱਗੀ ਤਾਂ ਫਿਰ ਕਹਿ ਰਹੇ ਸੀ
दुआ पास अंदरी अंदरी ये शिमला मायदे ने जरा गंद पिया ना उत उस वक्त ना उस पर अमल उनाया ये उन तुसे तकदा कि तुस किस तरह अपनी रियासत की अपनी पहचान की बचाई सकने आ, और अपने खास कर इस वक्त जरा भारतीय मकबूजा कश्मीर ने अंदर वादी ने अंदर जो जुल्म और सितम हो रहा है उस वास्ते कोई ना कोई रस्ता किस तरह कटने आ तुस लोग जेडे बाहर बैठे ने आ जेडे बहुत बुलंद बांग दावे करने आ कि असह दे उन्हें कोल इतना राबता नहीं है कि उत्थे अपने लोगों तक अद्वियात पहुंचाई सकें अपने लोगों तक राशन पानी ना कोई बंदोबस्त करी सकें इंटरनेशनल एनजीओ या रेड क्रॉस का राबता करी सकने एमनेस्टी की उत्थे कोई दबाव अगर कट्ठे हो बालिया तो पे ही गए ना ये गल नहीं है कि कोई नहीं बुझना जी ये आखना कि कोई नहीं बुझना इसका मतलब है कि फिर असें मरी गए ना चाहना किसी जी ने फिर अगर 70 साल तो तुसें उइया रगड़ा लाई रखा ना तो आज भी उइया रगड़ा लाने तो फिर लोग नहीं बुझने लगे एक आवाज वाह कश्मीरी बना रियासत जम्मू कश्मीर ने शहरी बना अपने पैर नहीं परारे वास्ते पहली आवाज ये उठाओ ना कि उन्हें की उत्ते बचा तो सही ना जेडे इस वक्त कोई पता नहीं जी इतलात नहीं हो कि कह रहे ने अंदर दफनाया जा रहा है लोगों की जेडे मरने तो ऐसी सूरत हाल भी तो मुकम्मल कब्रिस्तान बनी चुका ना आया ना वो एक काल कोटरी दी और उस जेल ने अंदर वापस लोग दफनाए जा रहे हैं इतना कम अज कम इतना अगर आप सोची छोड़ो सिर्फ थोड़ी जी अखी बंद करी कि अगर उन्हें लोग नहीं जाए मैं वहां उत्थे वो जो बच्चे दे उन्हें जाए माड़े बच्चे वे तो माड़ी क्या कैफियत हो सी इस तरह सीजवार लाइन ऊपर जरा था कि वो लोग इधर दे इधर कर्फ्यू तो नहीं इधर तुसे की कोई रोक ना नहीं ना और अगर रोक सी तो तुसे कोने ऐ दे लोग जेडे मैं कने आई मेहमान से ये तुसे नहीं डाल बन ले ये तुसे की पहुंचा ले उन्हें लोगों तक कि तुस खुद गच्छी तो उन्हें नहीं हेल्प करी सका कोई उन्हें की कुछ ना कुछ कम अज कम अद्वियात उन्हें की एम्बुलेंस उन्हें की कोई उन्हें ना इंतजाम हो सके कोई शटर लभी सके उन्हें की जेडे के इस वक्त अपने कैर छोड़ी पिछे रहे ने वो यानी एक किस्म ने छपरे विच रहे ने वो लोग और अस आखने हो कि अस टुरे हो पूरी रियासत जम्मू कश्मीर की आजाद कराए क्या अपन गलें आप ही तजाद नजरिए ना और वाजे नजरिए ना दूआ पास साढ़े हुक्मरान तबका का वह उतने एक एम्बुलेंस नहीं दे सकने शेम है ऐसे लोगों वास्ते कि 4000 मरबा मील ने 2.5 जिले ने हुक्मरान बनी बैठे ने अमरीका बरतानिया यूरोपी जनाबो अयाशी करने जुलने अवाम ने पैसे उपर और उत्थे उस मरती सड़ती जलती अवाम वास्ते एक एम्बुलेंस नहीं है दवाइया ने 2 डब्बे नहीं है फिर आखने के जनाब जेके टीवी जरा था वह प्रोपोगंडा करना अगर ये प्रोपोगंडा था अपनी कौम नहीं आवाज बनना अपने लोगों नहीं आवाज बनना अपने मजलूम अवाम नहीं आवाज बनना अगर प्रोपोगंडा था ये प्रोपोगंडा ही जारी रहे सी प्रोपोगंडे भी 2 किस्म ने उन्हें एक नेगेटिव होना एक पॉजिटिव होना अस अगर प्रोपोगंडा कर रहे हो तो पॉजिटिव था अपने लोगों वास्ते था हुक्मरान तबके वास्ते नहीं है अस हुक्मरान तबके वास्ते कतई तौर पर नहीं करी सकने क्योंकि ये आवाज मजलूम लोगों नहीं आवाज दी आम लोगों नहीं आवाज दी जिन्हें ना कोई नहीं सुनना उन्हें नहीं आवाज दी जम्मू कश्मीर टीवी और ये आवाज इस तरह रेसी हा जब तक सांस तब तक आस वाली गल दी कि जब तक सांस चलना रेसी उस वक्त तक इन्हें लोगों ने इन्हें करतूतें की अस आवाम तक जरूर आने और अगे अवाम ना काम दा कि ओ उन्हें की क्या जवाब देने ओ उन्हें की किस तरह ट्रीट करने और वो अपने हकूक की किस तरह ही नहीं सकने क्योंकि अवाम जदू मुतिद होई गए मुनज़्ज़म होई गए तो ओ ही नहीं इन्हें आखने उन्हें कि पीलियां जड़ियां कट्ठियां होई गए ना तो ओ आख्या की गोड़ी रखी छोड़नियां ठीक है इस वास्ते कट्ठे होना पिसाइया और खदारा इन्हें जड़े 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 सीजवार लाने पर सुनया ये सिर्फ एक पासे ना सुनया नीलम होई गच्छा कोटली होई गच्छा मुजफ्फराबाद कोठी साडो हर जगह च इहे पोजीशन दिया एक ओवरव्यू दिया क्योंकि ओवरव्यू इस वास्ते था कि उत्थे ओ गए और उन्हें बराए रास देखा और लोगों की मिले और उन्हें ओ इतला तुसे तक पहुंचाइया उन तुसे लोगों ना काम था कि इस पैगाम की कुत्ते तक पहुंचने और इस पैगाम की पॉजिटिव ही नहीं तो अपने लोगों वास्ते क्या करी सकने आप इस पर मैं आज ने प्रोग्राम में इजाज 300 तुसे कोला ए इतला जरूर देने चाहना इस तुसे कि आज फिर इस प्रोग्राम में चावी कि बरतानिया ने अंदर 3 सितंबर यानी ट्यूजडे की पार्लीमेंट स्क्वायर जरा था बरतानिया नहीं पार्लीमेंट दी जिते उत्थे जमा उनाया उतना मार्च हो सही जम्मू कश्मीर फ्रीडम मार्च उसना ना रखा गया जम्मू कश्मीर आजादी मार्च और वो उतना भारतीय एम्बेसी तक गेले उत्थे भी प्रोटेस्ट हो सी और इसी ज्यादा से ज्यादा जे बरतानिया और यूरोप ने लोग दिया ज्यादा से ज्यादा कोशिश करा इसी शामिल हुआ अपनी आवाज मिला और एक आवाज रखा कि तू सिर्फ आजादी चाहने और कुछ नहीं चाहने क्योंकि इस मार्च ना ना आजादी मार्च दिया ये याद रखा कि एक झंडे तले दिया जो इसमें कोड ऑफ कंडक्ट जियो टीवी ऊपर भी आया ना आया कैपिटल टाक विच अमन मीर साहब ने प्रोग्राम विच उसी बाकायदा पूरा इसमें आया ना आया कोड ऑफ कंडक्ट उसकी दोबारा सुना ये मैंने सहना है जेके टीवी नहीं आना ये
ਆਰਗੇਨਾਈਜ਼ਿੰਗ ਕਮੇਟੀ ਦੀਆਂ ਤਰਫਾਂ ਦਿਆ ਇੱਕ ਝੰਡਾ ਉਹ ਸਹੀ ਆ ਆਜ਼ਾਦ ਕਸ਼ਮੀਰ ਵਾਲਾ ਜਿਹੜਾ ਝੰਡਾ ਦਿਆ ਜਿਹੜਾ ਤੁਸੀਂ ਸਾਰੇ ਲੋਕ ਜਾਣਦੇ ਆ ਮੈਂ ਤੁਸੀਂ ਕੀ ਦੱਸੀ ਵੀ ਛੋੜਨਾ ਇਸ ਇਹ ਝੰਡਾ ਉਹ ਸਹੀ ਆ ਔਰ ਇਸ ਝੰਡੇ ਤੋਂ ਇਲਾਵਾ ਕੋਈ ਦੂਆ ਝੰਡਾ ਕਿਸੇ ਮੁਲਕ ਨਾਲ ਨਿਆ ਹੋਣ ਲਗਾ ਉੱਥੇ ਔਰ ਨਾਰਾਬਾਜ਼ੀ ਜਿਹੜੀ ਹੋਣੀ ਰਹਿਣੀ ਜ਼ਾਹਿਰ ਹੈ ਮਜ਼ਾਰੇ ਨਾਰਾਬਾਜ਼ੀ ਆ ਹੋਣੀ ਉਹ ਸਿਰਫ ਰਿਆਸਤ ਜੰਮੂ ਕਸ਼ਮੀਰ ਦੀ ਆਜ਼ਾਦੀ ਨਹੀਂ ਨਾਰਾਬਾਜ਼ੀ ਉਹ ਸਹੀ ਆ ਕੁਛ ਹੋਰ ਨਿਆ ਹੋਣ ਲਗਾ ਔਰ ਅਗਰ ਕੁਛ ਲੋਕ ਉੱਥੇ ਕੋਈ ਵੀ ਇਸ ਕਿਸਮ ਨਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਿਰ ਜ਼ਾਹਿਰ ਹੈ ਕਿ ਇੰਤਜ਼ਾਮੀਆ ਕਮੇਟੀ ਆਪਣਾ ਕੋਡ ਆਫ ਕੰਡਕਟ ਤੈਅ ਕੀਤਾ ਨਾ ਉਹ ਜਾਣੇ ਨੋ ਤਾਂ ਜਾਣੇ ਨੋ ਲੇਕਿਨ ਜਿਹੜੇ ਉੱਥੇ ਸ਼ਾਮਿਲ ਹੋ ਲਏ ਉੱਥੇ ਜ਼ਾਹਿਰ ਹੈ ਮੁਖਤਲਿਫ ਨਜ਼ਰੀਆਤ ਮੁਖਤਲਿਫ ਸੋਚ ਉੱਥੇ ਖੁਦ ਮੁਖਤਾਰ ਕਸ਼ਮੀਰ ਉੱਥੇ ਇਲਾਕੇ ਪਾਕਿਸਤਾਨ ਇਲਾਕੇ ਹਿੰਦੁਸਤਾਨ ਸਾਰੇ ਸ਼ਾਮਿਲ ਹੋ ਲਏ ਲੇਕਿਨ ਕਿਸੇ ਵੀ ਅਗਰ ਕੋਈ ਐਸਾ ਕੰਮ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਯਾਦ ਰੱਖਿਆ ਕਿ ਅਗਰ ਇੱਕ ਕੋਈ ਕਰਸੀ ਤਾਂ ਦੂਏ ਦੋ ਫਰੀਕ ਵੀ ਉੱਥੇ ਮੌਜੂਦ ਹੋ ਲਏ ਇਸ ਵਾਸਤੇ ਦੁਨੀਆਂ ਦੇ ਸਾਹਮਣੇ ਜਦੋਂ ਗਿਣਿਆ ਤੇ ਇੱਕ ਆਵਾਜ਼ ਹੋਈ ਅੱਛਾ ਕਿ ਰਿਆਸਤ ਜੰਮੂ ਕਸ਼ਮੀਰ ਵਿੱਚ ਆ ਤਮਾਮ ਗੈਰ ਮੁਲਕੀ ਫੌਜਾਂ ਕੀ ਕੱਢਿਆ ਜਾਏ ਔਰ ਰਿਆਸਤ ਕੀ ਮੁਤੀਦ ਕਰੀ ਤੇ ਉਹਨਾਂ ਨੇ ਆਵਾਮ ਕੀ ਬੈਨ ਅਲਾਕਵਾਮੀ ਬਰਾਦਰੀ ਨੀ ਸੁਪਰਵੀਜ਼ਨ ਵਿੱਚ ਜਿਸ ਤਰ੍ਹਾਂ ਦੋਏ ਅਸੀਂ ਨੇ ਮਹਿਮਾਨੇ ਵੀ ਇਹ ਗੱਲ ਕੀਤੀ ਸੁਪਰਵੀਜ਼ਨ ਵਿੱਚ ਉੱਥੇ ਇੱਕ ਰੈਫਰੈਂਡਮ ਕਰਾਇਆ ਜਾਏ ਉਸ ਰੈਫਰੈਂਡਮ ਵਾਸਤੇ ਵਕਤ ਤੈਅ ਕੀਤਾ ਜਾਏ ਉਹਨੇ ਲੋਕਾਂ ਕੀ ਆਪਸੀ ਮਿਲਣੇ ਨੀ ਆਜ਼ਾਦੀ ਵੈ ਔਰ ਉਸ ਰੈਫਰੈਂਡਮ ਦੇ ਨਤੀਜੇ ਜਿਹੜਾ ਫੈਸਲਾ ਵੈ ਉਸਕੀ ਦੋਏ ਜਿਹੜੇ ਇਸ ਵਕਤ ਜਿਹੜੇ ਦੋਏ ਕਾਬਜ਼ ਹਨ ਉਹ ਵੀ ਇਸਕੀ ਕਬੂਲ ਕਰਨ ਔਰ ਉਸ ਤੋਂ ਇਲਾਵਾ ਬੈਨ ਅਲਾਕਵਾਮੀ ਉਸ ਫੈਸਲੇ ਬੈਨ ਅਲਾਕਵਾਮੀ ਬਰਾਦਰੀ ਉਸ ਫੈਸਲੇ ਕੀ ਕਬੂਲ ਕਰੀ ਤਾਂ ਰਿਆਸਤ ਜੰਮੂ ਕਸ਼ਮੀਰ ਨੇ ਸ਼ਹਿਰੀਆਂ ਕੀ ਉਹਨਾਂ ਨੂੰ ਖੁਆਬ ਪੂਰਾ ਹੋਣੇ ਦੇਣ ਕਿ ਉਹ ਵੀ ਅਮਨ ਨਾਲ ਸਾਹ ਹੀ ਨਹੀਂ ਸਕਣ ਉਹ ਵੀ ਸਕੂਨ ਕਰਨੇ ਰਹੀ ਸਕਣ ਉਹ ਵੀ ਇਸ ਦੁਨੀਆ ਨੀ ਇੱਕ ਇੱਕ ਬਿਹਤਰੀਨ ਅਕਵਾਮ ਨੀ ਸਫ਼ ਵਿੱਚ ਖੜੇ ਹੋ ਸਕਣ ਇਹ ਉਸ ਕੌਮ ਨਾ ਇਹ ਖੁਆਬ ਦਾ ਗੁਜ਼ਸ਼ਤਾ 70 ਸਾਲ ਤੋਂ 72 73 ਸਾਲ ਤੋਂ ਔਰ ਇਸ ਖੁਆਬ ਕੀ ਪੂਰਾ ਹੋਣੇ ਦਿਆ ਨੀ ਔਰ ਬੈਨ ਅਲਾਕਵਾਮੀ ਸਤਹ ਉੱਪਰ ਕਿਸੇ ਵੀ ਜਗ੍ਹਾ ਵਿੱਚ ਅਗਰ ਗਿਣੇ ਆ ਤੁਸ ਲੋਕ ਅਗਰ ਵਾਕਿਆ ਆਪਣੀ ਰਿਆਸਤ ਦੀ ਪਹਿਚਾਣ ਨਹੀਂ ਗੱਲ ਕੀਤੇ ਵਾਲੇ ਜਿਹੜੇ ਲੋਕ ਦੇ ਮੈਂ ਉਹਨੇ ਵਾਸਤੇ ਖਾਸ ਕਰੀਏ ਗੱਲ ਆਖਸਾਂ ਜਿਹੜੇ ਆਖਣੇ ਕਿ ਅਸੀਂ ਰਿਆਸਤ ਨਾ ਜਿਹੜਾ ਤਾਂ ਤਸ਼ਖਸ ਕੀ ਅਸੀਂ ਬਰਕਰਾਰ ਰੱਖਿਆ ਨਾ ਤੇ ਉਹ ਤਸ਼ਖਸ ਇਹ ਨਹੀਂ ਹੋਣਾ ਕਿ ਤੁਸੀਂ ਉਹ ਕਿਸੇ ਕੋਲ ਇਸ ਕੋਲ ਇੰਨੀ ਤਾਂ ਦੂਏ ਕੀ ਦਿਆ ਉਹ ਫਿਰ ਇਹ ਹੋਣਾ ਕਿ ਉਸਕੀ ਬਰਕਰਾਰ ਰੱਖਾ ਬਰਕਰਾਰ ਰੱਖਣਾ ਔਰ ਕਿਸੇ ਦੂਏ ਨੇ ਹਵਾਲਾ ਕਰਨ ਵਿੱਚ ਬਹੁਤ ਬੜਾ ਫਰਕ ਦਾ ਇਸ ਵਾਸਤੇ ਅਗਰ ਰਿਆਸਤ ਕੀ ਬਚਨ ਆਇਆ ਆਈ ਤੁਸੀਂ ਕੋਲ ਕੀ ਹੈ ਨਹੀਂ ਰਿਆਸਤ ਕੀ ਬਚਨ ਆਇਆ ਤਾਂ ਮੁਤਿਦ ਵਾ ਮੁਤਿਦ ਹੋਈ ਤੇ ਇੱਕ ਆਵਾਜ਼ ਉਠਾ ਤਮਾਮ ਗੈਰ ਮੁਲਕੀ ਫੌਜਾਂ ਨਾਲ ਇਨਖਲਾ ਪਹਿਲੀ ਡਿਮਾਂਡ ਰੱਖਾ ਯਕੀਨਨ ਦੁਨੀਆ ਤੁਸੀਂ ਨਹੀਂ ਤਰਫ ਤਵਜੋ ਦੇ ਸੀ ਔਰ ਉਹਨੇ ਸ਼ੋਦਾ ਨੇ ਖੂਨ ਨਾ ਵੀ ਅਜਰ ਤੁਸੀਂ ਕੀ ਲੱਭ ਸੀ ਔਰ ਪਲੱਸ ਜਿਹੜੇ ਉੱਥੇ ਪਿਸ ਨੇ ਇਸ ਵਕਤ ਜ਼ੁਲਮ ਵਿੱਚ ਸਭ ਸੀ ਪਹਿਲੀ ਤਵਜੋ ਉਹਨੇ ਉੱਪਰ ਦਿਆ ਕੇ ਉਹਨੇ ਕੀ ਬਚਾ ਉਹਨੇ ਨੀ ਜ਼ਿੰਦਗੀਆਂ ਕੀ ਬਚਾਉਣ ਦੀ ਕੋਸ਼ਿਸ਼ ਕਰਾ ਇਸ ਵਕਤ ਤੁਸੀਂ ਕੋਲ ਕੋਈ ਇਤਲਾਹ ਨਹੀਂ ਕਿ ਕਿਤਨੀ ਬੜੀ ਜਿਨੋਸਾਈਡ ਉੱਥੇ ਮੋਦੀ ਗਵਰਨਮੈਂਟ ਕਰੀ ਚੁੱਕੀ ਨੀ ਆਰਐਸਐਸ ਨੇ ਗੁੰਡੇ ਉੱਤੇ ਦਿਨ ਦਿਹਾੜੇ ਸਰੇ ਆਮ ਫਿਰ ਰਹੇ ਔਰ ਤੁਸੀਂ ਬੱਚੇ ਬੁੱਢੇ ਜਵਾਨ ਮਰਦ ਔਰ ਬਾਹਰ ਤੱਕ ਨਹੀਂ ਨਿਕਲੀ ਸਕਣੇ ਇਹ ਲਮਾ ਫਿਕਰੀਆ ਹੈ ਤੁਸੀਂ ਵਾਸਤੇ ਉਹ ਮੁਕੰਮਲ ਤੌਰ ਪਰ ਇੱਕ ਜਿਨੋਸਾਈਡ ਹੋ ਰਿਹਾ ਉੱਥੇ ਔਰ ਉਸਨੇ ਖਿਲਾਫ ਮੁਤੀਦ ਹੋਈ ਤੇ ਇੱਕ ਆਵਾਜ਼ ਬੁਲੰਦ ਕਰਾ 3 ਸਪਤੰਬਰ ਨੇ ਇਸ ਆਜ਼ਾਦੀ ਮਾਰਚ ਕੀ ਜ਼ਰੂਰ ਅਟੈਂਡ ਕਰਾ ਇਸੇ ਪਰ ਇਜਾਜ਼ ਮੰਗਣਾ ਇਸ ਅੱਲਾਹ ਸੇ ਸਾਰੇ ਨਾ ਹਾਮੀ ਨਾਸਰ ਵੇ ਕਿਉਂਕਿ ਉਹੀ ਆ ਤਾਕਤ ਹੈ ਜਿਹਨੇ ਇਸ ਦੁਨੀਆ ਉੱਪਰ ਹਰ ਜ਼ੀ ਰੂਹ ਕੀ ਪੈਦਾ ਕੀਤਾ ਨਾ ਖਾਓ ਚਰਿੰਦੋ ਪਰਿੰਦ ਹੈ ਇਨਸਾਨ ਹੈ ਜਾਂ ਪੌਦੇ ਹਨ ਜਾਂ ਜੋ ਵੀ ਹੈ ਉਹਨੇ ਕੀ ਇੱਕ ਤਾਕਤ ਹੈ ਜਿਸ ਪੈਦਾ ਕੀਤਾ ਉਹੀ ਹੈ ਉਹਨੇ ਕੀ ਮਹਿਫੂਜ਼ ਰੱਖੀ ਸਕਣੀ ਇਸੇ ਪਰ ਇਜਾਜ਼ ਮੰਗ ਸਾ ਅੱਲਾਹ ਨੇ ਕਿ ਬਣ